ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਅਰਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਭਾਈ ਭਾਈ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਅਰਜਾ ਸੁਣਨ ਲਈ ਇਕੱਤਰ ਹੋਏ। ਆਪ ਜੀ ਨੇ ਦਸ ਤੋਂ ਪਹਿਲਾਂ ਗੁਰੂ ਸਵਾਰਿਆਂ ਪਾਸੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਲਿਖੇ ਹੋਏ ਪ੍ਰੋਗਰਾਮ ਮੁਤਾਬਕ ਕਈ ਵਾਰ ਅਚਾਨਕ ਐਸਾ ਕੁਝ ਵਾਪਰਦਾ ਹੈ ਕਿ ਮੇਰਾ ਇੱਥੇ ਜਿਹੜਾ 3 ਦਿਨ ਹੋਟਲ ਦਾ ਪ੍ਰੋਗਰਾਮ ਸੀ ਇਹਦੇ ਵਿੱਚ ਕੋਈ ਸਤਸੰਗ ਦਾ ਪ੍ਰੋਗਰਾਮ ਨਹੀਂ ਸੀ, ਪਰ ਮੈਂ ਆਪਣੇ ਧੰਨ ਭਾਗ ਸਮਝਦਾ ਹਾਂ ਕਿ ਗੁਰੂ ਨੇ ਇੰਨੀ ਕਿਰਪਾ ਕਰਕੇ ਉਹ ਜਿਹੜੇ 3 ਦਿਨ ਮੈਂ ਤੁਹਾਡੇ ਕੋਲ ਰੁਕਣਾ ਹੈ ਉਹਨੇ ਆਪਣੇ ਚਰਨਾਂ ਵਿੱਚ ਬੁਲਾ ਕੇ ਆਪਣਾ ਜਸ ਬਖਸ਼ਿਆ ਹੈ। ਅਸੀਂ ਸਾਰੇ ਮਿਲ ਕੇ ਗੁਰੂ ਕੇ ਪਾਵਨ ਰਚਨਾ ਮੁਤਾਬਕ ਮਾਂ ਬਾਣੀਆਂ ਕਹਾਣੀਆਂ ਪੁਤਸ਼ਪਤ ਕਰੇ ਗੁਰੂ ਕੇ ਪਾਵਨ ਬਚਨਾਂ ਦੀ ਵਿਚਾਰ ਕਰਦੇ ਹਾਂ। ਐਸਾ ਹੋ ਸਕਦਾ ਹੈ ਕਿ ਇਹਨਾਂ 3 ਦਿਨਾਂ ਦੀ ਵਿਚਾਰ ਵਿੱਚੋਂ ਸਾਨੂੰ ਕਿਸੇ ਨਾ ਕਿਸੇ ਨੂੰ ਕੋਈ ਸਮਝ ਵਿੱਚ ਆ ਜਾਏ ਜਿਸ ਨਾਲ ਸਾਡਾ ਜੀਵਨ ਬਦਲ ਜਾਏ। ਤੋ ਹੁਣ ਜਿਹੜਾ ਭਾਵੇਂ ਤੁਹਾਡਾ ਸ਼ਾਮ ਦਾ ਦੀਵਾਰ ਨਹੀਂ ਹੁੰਦਾ ਫਿਰ ਵੀ ਤੁਸੀਂ ਪਿਆਰ ਦਾ ਸਦਕਾ ਸੰਗਤ ਦਾ ਇਹ ਸ਼ਾਮ ਦਾ ਟਾਈਮ ਰੱਖਿਆ ਹੈ। ਮੈਂ ਆਪਣੇ ਅੱਧ ਚੰਗੇ ਭਾਗ ਸਮਝਦਾ ਹਾਂ ਕਿ ਮੈਨੂੰ ਤੁਹਾਡੇ ਵਿੱਚ ਬੈਠ ਕੇ ਬਹੁਤ ਕੁਛ ਸੁਣਾ ਗੁਰੂ ਨੇ ਬਾਣੀ ਦੀਆਂ ਵਿਚਾਰਾਂ ਕਰਨ ਦਾ ਵਿਚਾਰਾਂ ਦੀ ਸਾਂਝ ਪਾਉਣ ਦਾ ਸਾਨੂੰ ਦਿੱਤਾ। ਅੱਜ ਆਪਾਂ ਹੁਣ ਇਸ ਸਮੇਂ ਵਿੱਚ
ਸ੍ਰਿਸ਼ਟੀ ਦੇ ਮਾਲਕ ਦੀਆਂ ਗੱਲਾਂ ਕਰਾਂਗੇ। ਉਹ ਸ੍ਰਿਸ਼ਟੀ ਨੂੰ ਸਾਜਦਾ ਹੈ, ਉਹਦਾ ਪ੍ਰਬੰਧ ਕਿਤਨਾ ਵੱਡਾ ਹੈ ਅਸੀਂ ਕਦੇ ਸੋਚਿਆ ਨਹੀਂ। ਜਿਹੜੇ ਛੋਟੇ ਛੋਟੇ ਪ੍ਰਬੰਧ ਅਸੀਂ ਕਰਦੇ ਹਾਂ, ਚਾਹੇ ਉਹ ਸਾਡੇ ਘਰ ਪਰਿਵਾਰ ਦਾ ਹੋਵੇ, ਚਾਹੇ ਕਿਸੇ ਸੰਸਥਾ ਦਾ ਹੋਵੇ, ਚਾਹੇ ਕੋਈ ਵੀ ਗੱਲ ਐਸੀ ਹੋਵੇ ਜਿਹਦਾ ਪ੍ਰਬੰਧ ਸਾਨੂੰ ਕਰਨਾ ਪਵੇ, ਉਹਦੇ ਲਈ ਅਸੀਂ ਕਿੰਨਾ ਸੋਚਦੇ ਹਾਂ, ਕਿੰਨੇ ਲੋਕਾਂ ਦੀ ਉਹਦੇ ਵਿੱਚ ਸਹਾਇਤਾ ਲੈਂਦੇ ਹਾਂ, ਕਿੰਨਿਆਂ ਨੂੰ ਪੁੱਛਦੇ ਕਿਵੇਂ ਕਰੀਏ। ਪਰ ਮੈਂ ਹੈਰਾਨ ਹਾਂ, ਜਿਸ ਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ, ਜਿਸ ਨੂੰ ਪੂਰੀ ਕਾਇਨਾਤ ਦੇ ਲੋਕ ਅਲੱਗ ਅਲੱਗ ਨਾਵਾਂ ਨਾਲ ਪਾੜਦੇ ਨੇ ਆਪਣੀ ਭਾਸ਼ਾ ਮੁਤਾਬਕ। ਕੋਈ ਅੱਲਾਹ ਕਹਿੰਦਾ ਹੈ, ਕੋਈ ਗੋਡ ਕਹਿੰਦਾ ਹੈ, ਕੋਈ ਪ੍ਰਭੂ ਕਹਿੰਦਾ ਹੈ, ਕੋਈ ਮਾਧਵ ਕਹਿੰਦਾ, ਕੋਈ ਲੀਡਰ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਕ੍ਰਿਸ਼ਨ ਕਹਿੰਦਾ, ਕੋਈ ਪ੍ਰਭੂ ਕਹਿੰਦਾ, ਬੇਅੰਤ ਨਾਮ ਜਿੰਦੇ ਨੇ। ਉਹਦੇ ਪ੍ਰਬੰਧ ਬਾਰੇ ਅਸੀਂ ਕਦੇ ਨਹੀਂ ਸੋਚਦੇ, ਅਸੀਂ ਕੇਵਲ ਬਾਣੀ ਜਿੱਥੇ ਮੈਂ ਉਹਦੇ ਪ੍ਰਬੰਧ ਦੀ ਗੱਲ ਪੜ੍ਹਦਾ ਹੈਗਾ, ਸੁੱਤੇ ਸ਼ਬਦ ਅੰਦਰੋਂ ਨਿਕਲਿਆ ਤਾਂ ਵਾਹ, ਇਹ ਤੇਰਾ ਪੈਸਾ ਨਿਜ਼ਾਮ ਹੈ, ਪੈਸਾ ਪ੍ਰਬੰਧ ਤੂੰ ਕਰਦਾ ਹੈ, ਕਿੱਡਾ ਵੱਡਾ ਤੇਰਾ ਪ੍ਰਬੰਧ ਹੋ ਰਿਹਾ। ਤੇ ਅਸੀਂ ਕਦੇ ਤੇਰੇ ਪ੍ਰਬੰਧ ਬਾਰੇ ਸੋਚੀਏ ਹੀ ਨਾ, ਕਿੱਡਾ ਵੱਡਾ ਤੇਰਾ ਪ੍ਰਬੰਧ ਹੈ। ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਜੀਵਨ ਦਾ, ਸਾਨੂੰ ਨਹੀਂ ਪਤਾ ਘੜੀ ਨੂੰ ਕੀ ਹੋ ਜਾਣਾ। ਅਸੀਂ ਇਸ ਗੱਲ ਤੋਂ ਅਗਿਆਤ ਹਾਂ, ਅਗਿਆਤ ਦਾ ਮਤਲਬ ਹੈ ਕੋਈ ਗਿਆਤ ਨਹੀਂ, ਕੋਈ ਸੋਝੀ ਨਹੀਂ, ਕੋਈ ਪਰ ਕੋਈ ਤਾਂ ਐਸਾ ਹੈ ਜਿਹਨੂੰ ਪਤਾ ਹੈ। ਯਾਦ ਰੱਖਿਓ, ਵਾਹਿਗੁਰੂ ਨੂੰ ਪਤਾ ਹੈ, ਜਾਂ ਜਿਹੜੇ ਉਹਦੇ ਅੰਤ ਨੇੜੇ ਪਹੁੰਚ ਜਾਂਦੇ ਨੇ ਬੰਦਗੀ ਕਰਕੇ, ਉਹ ਸਟੇਜ ਤੇ ਪਹੁੰਚ ਜਾਂਦੇ ਨੇ, ਹਰ ਘਰ ਸੇਵਕ ਹਰ ਹੀ ਜਿਹਾ ਹੋ ਜਾਂਦਾ ਹੈ, ਉਹਨਾਂ ਨੂੰ ਵੀ ਪਤਾ ਚੱਲ ਜਾਂਦਾ। ਐਸੀਆਂ ਘਟਨਾਵਾਂ ਜਿਹਨਾਂ ਬਾਰੇ ਅਸੀਂ ਸਾਖੀਆਂ ਕਹਾਣੀਆਂ 'ਚ ਪੜ੍ਹਦੇ ਹਾਂ, ਅਤੇ ਅੱਜ ਦੇ ਮੇਰੇ ਵਰਗੇ ਮੂਰਖ ਲੋਕ ਜਿਹੜੇ ਇੱਕ ਕਦਮ ਵੀ ਉਹਨਾਂ ਉਸ ਪਾਸੇ ਨੂੰ ਨਹੀਂ ਚੱਲੇ, ਬਿਨਾਂ ਸੋਚੇ, ਬਿਨਾਂ ਸਮਝੇ, ਬਿਨਾਂ ਵਿਚਾਰੇ ਉਹਨਾਂ ਗੱਲਾਂ 'ਤੇ ਕਿੰਤੂ ਕਰਦੇ ਰਹੇ, ਨਹੀਂ 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 ਉਹ ਹੋ ਹੀ ਨਹੀਂ ਸਕਦਾ। ਭਾਈ ਗੁਰਦਾਸ ਜੀ ਦੇ ਐਸੇ ਬਚਨ ਨੇ ਕਿ ਰਸਤਾ ਪੁੱਛਣ ਵਾਲਾ ਜੇ ਰਸਤਾ ਪੁੱਛ ਲਵੇ ਪਰ ਉਸ ਰਸਤੇ 'ਤੇ ਚੱਲੇ ਨਾ, ਤਾਂ ਕੀ ਉਹ ਮੰਜ਼ਿਲ 'ਤੇ ਪਹੁੰਚ ਜਾਏਗਾ। ਭਾਈ ਸਾਹਿਬ ਦੇ ਬਚਨ ਨੇ ਪੁੱਛਤਾ ਹੈ ਪਥ ਪੈ ਮਾਰਗ ਨਾ ਧਰੈ ਪਗ, ਰਸਤਾ ਤਾਂ ਪੁੱਛ ਲਏ ਪਰ ਰਸਤੇ 'ਤੇ ਪੈਰ ਕਰਕੇ ਉਹਦੇ 'ਤੇ ਚੱਲੇ ਨਾ। ਤੇ ਪ੍ਰੀਤਮ ਕੇ ਦੇਸ਼ ਕੈਸੇ ਬਾਤਰ ਸਜਾਈ, ਵਾਹਿਗੁਰੂ ਦੇ ਦੇਸ਼ ਵਿੱਚ ਗੱਲਾਂ ਨਾਲ ਨਹੀਂ ਜਾਇਆ ਜਾਂਦਾ। ਯਾਦ ਰੱਖੇ ਗੁਰੂ ਸਾਹਿਬ ਕਹਿੰਦੇ ਨੇ ਜਿੱਥੇ ਗੱਲ ਕਰਦੇ ਨੇ ਨਾ ਐਸੀਆਂ ਗੱਲਾਂ ਦੀ, ਉੱਥੇ ਸਤਿਗੁਰੂ ਇੰਨੀ ਬਰੀਕੀ ਵਿੱਚ ਚਲੇ ਜਾਂਦੇ ਨੇ, ਉਹ ਦੂਜਿਆਂ ਨੂੰ ਕਹਿਣ ਦੀ ਬਜਾਏ ਉਂਗਲ ਆਪਣੇ ਵੱਲ ਕਰ ਲੈਂਦੇ।
ਉਹ ਕਹਿੰਦੇ ਨੇ ਮੇਰੇ ਚ ਕੀ ਗੁਣ, ਮੈਂ ਗੁਣ ਗੱਲਾਂ ਕੇ ਸਿਰ ਪਾਰ, ਪਾੜ ਹੁੰਦੀ ਹੈ ਪੱਡ, ਉਹਨੂੰ ਭਾਰ ਕੇ ਕਹਿੰਦੇ ਮੇਰੇ ਚ ਉਹਨਾਂ ਨਾਲ ਗੱਲਾਂ ਦੀਆਂ ਪੰਡਾਂ ਮਾਰ ਕੇ ਆਪਣੇ ਸਿਰ ਤੇ ਚੁੱਕੀਆਂ ਹੋਈਆਂ ਨੇ ਤੇ ਗੱਲੀ ਗੱਲਾਂ ਸਿਰਜਣਹਾਰ, ਗੱਲਾਂ ਗੱਲਾਂ ਵਿੱਚ ਹੀ ਮੈਂ ਸਾਰਾ ਕੁਝ ਬਣਾ ਕੇ ਦੇ ਦਿੰਦਾ ਵੀ ਇਹ ਲੋ ਬਣ ਗਿਆ ਤੇ ਤੁਸੀਂ ਲੈ। ਐਸੇ ਬਚਨ ਵੀ ਬਾਣੀ ਚ ਆਏ ਗੱਲੀ ਹੋ ਸੁਹਾਗਣ ਭੈਣੇ ਕੰਤ ਨਾ ਕਬ ਹੂੰ ਮੈਂ ਮਿਲਿਆ, ਮੈਨੂੰ ਕਦੇ ਮਾਰਗ ਨਹੀਂ ਮਿਲਿਆ, ਮੈਂ ਗੱਲਾਂ ਗੱਲਾਂ ਵਿੱਚ ਹੀ ਸੁਹਾਗਣ ਹਾਂ। ਤੋ ਸਾਡੀ ਸੋਚ ਦਾ ਪੱਧਰ, ਸੋਚ ਦਾ ਲੈਵਲ ਬਹੁਤ ਗਿਆ ਹੈ। ਗੁਰੂ ਦੀ ਬਾਣੀ ਉਹਨੇ ਕਿਸ ਸਟੇਜ ਤੇ ਜਾ ਕੇ ਕਹੀ ਹੈ, ਕਿਸ ਆਤਮਕ ਅਵਸਥਾ ਵਿੱਚ ਜਾ ਕੇ ਕਹੀ ਹੈ, ਉਹਦੇ ਲਈ ਨਾ ਮੈਂ ਕੁਝ ਕਹਿ ਸਕਦਾ ਨਾ ਤੁਸੀਂ ਕੁਝ ਕਹਿ ਸਕਦੇ ਹੋ, ਕਿਉਂਕਿ ਸਾਡੀ ਕੋਈ ਸਟੇਜ ਹੀ ਨਹੀਂ। ਅਸੀਂ ਉਹਦੇ ਅੱਖਰੀ ਅਰਥ ਤੱਕ ਦਾਮਾ ਵੜ ਕੇ ਕਰ ਸਕਦੇ ਹਾਂ, ਪਰ ਉਸ ਪਲੇਟਫਾਰਮ ਤੇ ਜਦੋਂ ਅਸੀਂ ਪਹੁੰਚ ਜਾਵਾਂਗੇ ਫਿਰ ਹੀ ਸਾਨੂੰ ਪਤਾ ਚੱਲੇਗਾ ਕਿ ਇਹ ਗੱਲ ਕੀ ਹੈ, ਇਹ ਗੁਰੂ ਨੇ ਕਿਵੇਂ ਕਹੀ। ਜਦੋਂ ਅਸੀਂ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਤੇ ਹੰਡਾਵਾਂਗੇ, ਉਹਨਾਂ ਰਾਹਾਂ ਤੋਂ ਗੁਜ਼ਰਾਂਗੇ, ਉਸ ਅਵਸਥਾ ਵਿੱਚ ਅਸੀਂ ਪਹੁੰਚ ਜਾਵਾਂਗੇ। ਗੱਲਾਂ ਅਸੀਂ ਜੇ ਅਰਜਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਦੀਆਂ ਕਰੀਏ ਤੇ ਗੁਰੂ ਤਾਂ ਤੱਤੀ ਤਵੀ ਤੇ ਬੈਠਾ ਹੈ, ਰੇਤ ਵੀ ਤੱਤੀ ਸਿਰ ਚ ਪੈ ਰਹੀ ਹੈ, ਰੁੱਤ ਵੀ ਤੱਤੀ ਹੈ, ਤੇ ਅੱਖਾਂ ਬੰਦ ਕਰਕੇ ਸੋਚੋ ਵੀ ਜੇ ਉਹ ਸਾਰਾ ਕੁਝ ਸਾਡੇ ਨਾਲ ਵਾਪਰੇ ਕੀ ਅਸੀਂ ਚੱਲ ਪਾਵੇ। ਪਰ ਗੁਰੂ ਤੱਤੀ ਤਵੀ ਤੇ ਬੈਠਾ ਵੀ ਇੰਨਾ ਸ਼ਾਂਤ ਹੈ, ਗੁਰੂ ਇਹ ਗੱਲ ਕਹਿੰਦਾ ਕਿ ਤੇਰਾ ਪੀਆ ਮੀਠਾ ਲੱਗਦਾ, ਇੱਕ ਸਹਿਜ ਦੀ ਅਵਸਥਾ ਹੈ ਕਿ ਜੋ ਤੂੰ ਕਰ ਰਿਹਾ ਮੈਨੂੰ ਚੰਗਾ ਲੱਗਦਾ ਕਿਉਂਕਿ ਤੂੰ ਕਰ ਰਿਹਾ। ਐਸੇ ਬੱਚੇ ਵੀ ਬਾਣੀ ਚਾਹੇ ਨੇ ਮੀਤ ਕਰੇ ਸੋਈ ਆ ਮਾਰਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ, ਜਿਹੜੇ ਉਸ ਮਿੱਤਰ ਦੇ ਕਰਤਵ ਨੇ ਉਹ ਮੈਨੂੰ ਕੁਸ਼ਲਤਾ ਲਈ ਮੇਰੇ ਵਾਸਤੇ ਨੇ, ਉਹਦੇ ਮੈਨੂੰ ਕਦੇ ਨਿਕਲੇਗਾ ਮੇਰੇ ਵਾਸਤੇ ਮੈਨੂੰ ਪ੍ਰਾਪਤ ਹੋਏਗਾ। ਪਰ ਅਸੀਂ ਕਦੇ ਨਹੀਂ ਸੋਚਦੇ, ਸਾਡੀ ਸੋਚ ਦਾ ਪੱਧਰ ਨੀਵਾਂ ਹੈ। ਅਸੀਂ ਅੱਜ ਤੱਕ ਕਦੇ ਬੈਠ ਕੇ ਇਹ ਨਹੀਂ ਸੋਚਿਆ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਮੈਂ ਕਿਉਂ ਆਇਆ, ਇਹ ਸੰਸਾਰ ਕੀ ਹੈ, ਮੈਂ ਕਿੰਨੀ ਦੇਰ ਤੱਕ ਇਸ ਸੰਸਾਰ 'ਤੇ ਰਹਾਂਗਾ, ਫਿਰ ਮੈਂ ਕਿੱਥੇ ਚਲੇ ਜਾਵਾਂਗਾ, ਕੀ ਇਹ ਮੇਰਾ ਸਰੀਰ ਮੇਰੇ ਨਾਲ ਜਾਏਗਾ ਜਾਂ ਨਹੀਂ ਜਾਏਗਾ, ਜੇ ਨਹੀਂ ਜਾਏਗਾ ਤਾਂ ਕਿਉਂ ਨਹੀਂ, ਇਹਨੇ ਮੇਰੇ ਨਾਲ ਨਹੀਂ ਜਾਣਾ ਫਿਰ ਮੈਂ ਇਹਨੂੰ ਕਿਉਂ ਕਹਿੰਦਾ ਸਰੀਰ ਮੇਰਾ ਹੈ, ਕਿਉਂਕਿ ਮੇਰੇ ਨਾਲ ਤਾਂ ਜਾਣਾ ਨਹੀਂ ਇਹਨੇ, ਮੇਰਾ ਤਾਂ ਉਹ ਨਾ ਜੋ ਮੈਂ ਨਾਲ ਲੈ ਕੇ ਜਾ ਸਕਾਂ, ਅਤੇ ਜਿਹੜਾ ਮੇਰੇ ਨਾਲ ਹੀ ਨਹੀਂ ਜਾ ਸਕਦਾ ਮੇਰਾ ਕਿਵੇਂ ਹੋ ਜਾਵੇ। ਤੋ ਐਸੀਆਂ ਅਨੇਕਾਂ ਅਨੇਕਾਂ ਸਵਾਲ ਸਾਡੇ ਤੇ ਕੀਤੇ ਜਾ ਸਕਦੇ ਨੇ ਜਿਨ੍ਹਾਂ ਦਾ ਸਾਡੇ ਕੋਲ ਕੋਈ ਜਵਾਬ ਨਹੀਂ ਹੋਏਗਾ। ਪਰ ਸਾਨੂੰ ਸ਼ਰਮ ਨਾਲ ਨੀਵੀਂ ਪਾਉਣੀ ਪੈਣੀ ਕਿ ਮੈਨੂੰ ਪਤਾ ਨਹੀਂ ਇਹਨਾਂ ਵਿਚਾਰਾਂ ਦਾ, ਇਹਨਾਂ ਗੱਲਾਂ ਦਾ ਮੈਨੂੰ ਪਤਾ ਨਹੀਂ, ਮੈਂ ਨਹੀਂ ਜਾਣਦਾ। ਸਾਡਾ ਜਨਮ ਐਵੇਂ ਨਹੀਂ ਹੋਇਆ, ਸਭ ਤੋਂ ਪਹਿਲੀ ਗੱਲ ਦੁਨੀਆਂ ਦਾ ਕੋਈ ਕੰਮ ਐਵੇਂ ਨਹੀਂ ਹੁੰਦਾ।
ਧਰਤੀ ਤੇ ਇੰਨੇ ਜੰਗਲ ਨੇ, ਇੰਨੇ ਦਰਖਤ ਨੇ, ਕਿਉਂ ਨੇ? ਐਵੇਂ ਨਹੀਂ ਹੈ। ਵਾਹਿਗੁਰੂ ਨੇ ਇੰਨਾ ਜਨ ਜੀਵਨ ਧਰਤੀ ਤੇ ਪੈਦਾ ਕੀਤਾ ਹੈ, ਉਹਨਾਂ ਨੂੰ ਆਕਸੀਜਨ ਦੀ ਲੋੜ ਹੈ, ਉਹ ਆਕਸੀਜਨ ਦਰਖਤਾਂ ਤੋਂ ਮਿਲਣੀ ਹੈ, ਤਾਂ ਇਹ ਦਰਖਤ ਉਹਨੇ ਪੈਦਾ ਕੀਤੇ। ਫਿਰ ਤੁਸੀਂ ਜਦੋਂ ਸੋਚਦੇ ਹੋ, ਪੜ੍ਹਦੇ ਹੋ, ਵਿਗਿਆਨ ਪੜ੍ਹਦੇ ਹੋ ਕਿ ਅੱਗ ਨਿਕਲੀ ਧਰਤੀ ਦੇ ਵਿੱਚੋਂ, ਮਿੱਟੀ ਪੈਦਾ ਹੋਈ ਤਾਂ ਬਣੀ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਪ੍ਰਕਾਸ਼ ਅਗਨ ਤ੍ਰਿਜਿਆ, ਉਹ ਪਾਣੀ ਦੇ ਉੱਤੇ ਖੜੀ ਹੈ, ਤੁਸੀਂ ਪਾਣੀ ਦੇ ਉੱਤੇ ਕੋਈ ਚੀਜ਼ ਖੜੀ ਕਰਕੇ ਵਿਖਾ ਦਿੱਤਾ, ਇਹਦੇ ਵਿੱਚ ਕਿੰਨੀਆਂ ਗੈਸਾਂ ਨੇ, ਤੁਹਾਡੇ ਸਰੀਰ ਵਿੱਚ ਕਿੰਨੀਆਂ ਧਾਤਾਂ ਨੇ, ਤੁਹਾਡੇ ਸਰੀਰ ਵਿੱਚ ਕੀ ਕੁਝ ਹੈ ਤੁਸੀਂ ਕਦੇ ਖੋਜਿਆ ਹੀ ਨਹੀਂ। ਉਹ ਡਾਕਟਰ ਕਹਿੰਦਾ ਅਰਬਿੰਗ ਮਨ ਤੁਹਾਡੇ ਸਰੀਰ ਚੋਂ ਜਾ ਰਿਹਾ, ਤੁਹਾਡੇ ਸਰੀਰ ਚ ਆਇਰਨ ਘੱਟ ਗਿਆ, ਕਿੱਥੋਂ ਤੁਸੀਂ ਤਾਂ ਪਾਇਆ ਨਹੀਂ ਆਇਰਨ ਹੋਈ, ਤੁਹਾਨੂੰ ਤਾਂ ਪਤਾ ਵੀ ਨਹੀਂ ਵੀ ਮੇਰੇ ਸਰੀਰ ਚ ਲੋਹਾ ਵੀ ਹੈ, ਸੋਨਾ ਵੀ ਹੈ, ਅਸ਼ਟ ਵੀ ਹੈ, ਧਾਤ ਵੀ ਖਾਇਆ, ਇਹ ਤਾਂ ਤੁਹਾਡਾ ਗੁਰੂ ਕਹਿੰਦਾ, ਪਰ ਤੁਸੀਂ ਕਦੇ ਨਹੀਂ ਸੋਚਿਆ ਮੇਰੀ ਕਾਇਆ ਮੇਰੇ ਸਰੀਰ ਵਿੱਚ ਅੱਠ ਧਾਤਾਂ ਵੀ ਕੰਮ ਕਰਦੀਆਂ ਨੇ, ਇਹਦੇ ਵਿੱਚ ਚਾਂਦੀ ਵੀ ਹੈ, ਇਹਦੇ ਵਿੱਚ ਸੋਨਾ ਵੀ ਹੈ, ਇਹਦੇ ਵਿੱਚ ਜਿਸਤ ਵੀ ਹੈ, ਇਹਦੇ ਵਿੱਚ ਪਿੱਤਲ ਵੀ ਹੈ, ਇਹਦੇ ਵਿੱਚ ਲੋਹਾ ਵੀ, ਕਦੇ ਸੋਚਿਆ ਨਹੀਂ? ਤੁਸੀਂ ਕਦੇ ਸੋਚਿਆ ਵੀ ਹਾਰਡ ਮਾਸ ਨਾੜੀ ਕੋ ਪਿੰਜਰ ਬਣਦੀ ਵਸਾ ਵਿਚਾਰ, ਤੁਸੀਂ ਕਦੇ ਉਹ ਸਰੀਰ ਦਾ ਜਿਹੜਾ ਬਾਡੀ ਦਾ ਅੰਦਰਲਾ ਹਿੱਸਾ ਹੈ ਉਹਨੂੰ ਜਾ ਕੇ ਦੇਖੋ ਤਾਂ ਜਿਹੜੀਆਂ ਇਹਦੇ ਸੂਕਸ਼ਮ ਨਾੜਾਂ ਨੇ ਜਿਹੜੀਆਂ ਤੁਹਾਡੇ ਮਸਲਾਂ ਚੋਂ ਗੁਜਰਦੀਆਂ ਨੇ, ਆਖਰ ਉਹ ਸੁੱਕੀਆਂ ਤਾਂ ਹੈ ਨਹੀਂ, ਉਹਨਾਂ ਵਿੱਚ ਖੂਨ ਤੁਸੀਂ ਤਾਂ ਚਲਾਉਂਦੇ ਨਹੀਂ ਭਾਈ, ਕਿ ਚਲਾਉਂਦੇ ਹੋ? ਅਜੇ ਤੁਸੀਂ ਹਾਰਟ ਨੂੰ ਆਪਣੇ ਹੱਥ ਨਾਲ ਪੰਪ ਕੀਤਾ ਨਹੀਂ ਕੀਤਾ? ਇਹ ਪ੍ਰਬੰਧ ਕਿਸਦਾ? ਤੁਹਾਨੂੰ ਕਹਿਣਾ ਪਏਗਾ ਵਾਹਿਗੁਰੂ ਦਾ ਹੈ। ਤੁਸੀਂ ਸੁੱਤੇ ਪਏ ਹੋ, ਤੁਹਾਨੂੰ ਕੋਈ ਪਤਾ ਨਹੀਂ, ਕੋਈ ਗਿਆਨ ਨਹੀਂ, ਉਹ ਫਿਰ ਵੀ ਤੁਹਾਡਾ ਹਾਰਟ ਚਲੀ ਜਾ ਰਿਹਾ, ਤੁਸੀਂ ਆਮ ਚਲਾ ਰਹੇ ਹੋ। ਜੇ ਤੁਹਾਡੇ ਹੱਥ ਵਿੱਚ ਦੇ ਦਿੱਤਾ ਜਾਏ ਨਾ ਕਿ ਤੁਸੀਂ ਆਪ ਆਪਣੀ ਜ਼ਿੰਦਗੀ ਦੇ ਵਾਰਸ ਹੋ, ਜਿੰਨੀ ਦੇਰ ਤੱਕ ਤੁਸੀਂ ਜਿਉਣਾ ਚਾਹੋ ਜੀ ਸਕੋਗੇ ਅਤੇ ਤੁਹਾਨੂੰ ਸੋਝੀ ਹੋਏਗੀ ਤਾਂ ਜੀਓਗੇ, ਜਦੋਂ ਸੋਵੋਗੇ ਉਦੋਂ ਮਰ ਜਾਓਗੇ, ਤਾਂ ਫਿਰ ਕਿਉਂਕਿ ਸੋਝੀ ਤਾਂ ਰਹੀ ਨਹੀਂ। ਈਸ਼ਵਰ ਨੇ ਤਾਂ ਫਿਰ ਵੀ ਤੁਹਾਡਾ ਪ੍ਰਬੰਧ ਕੀਤਾ, ਉਹਨੇ ਤੁਹਾਡੇ ਖਾਣ ਦਾ, ਤੁਹਾਡੇ ਪਹਿਰਾਉਣ ਦਾ, ਤੁਹਾਡੇ ਜੀਵਨ ਦਾ, ਤੁਹਾਨੂੰ ਦੇਖਣ ਦਾ, ਤੁਹਾਡੇ ਕਿਰਤ ਕਰਨ ਦਾ, ਤੁਹਾਡੇ ਸੋਚਣ ਦਾ, ਤੁਹਾਡੇ ਸੁਣਨ ਦਾ, ਤੁਹਾਡੇ ਸੰਬੰਧੀ ਪ੍ਰਬੰਧੀ ਲੈਣ ਦਾ, ਤੁਹਾਡੇ ਸੰਸਾਰ ਤੇ ਰਸਨਾ ਦੇ ਸਵਾਦ ਦੇਖਣ ਦਾ, ਤੁਹਾਡੇ ਬੋਲਣ ਦਾ, ਤੁਹਾਡੇ ਹੱਥਾਂ ਦੇ ਕਿਰਤ ਕਰਨ ਦਾ, ਤੁਹਾਡੇ ਪੈਰਾਂ ਦੇ ਚਲ ਕੇ ਜਾਣ ਦਾ, ਇਹ ਸਾਰਾ ਪ੍ਰਬੰਧ ਤੁਹਾਡਾ ਹੀ ਹੁੰਦਾ ਹੈ, ਤੁਹਾਨੂੰ ਕਹਿਣਾ ਪਏਗਾ ਵਾਹਿਗੁਰੂ ਦਾ ਹੈ। ਜੇ ਤੁਹਾਡੀ ਕੋਈ ਮਦਦ ਕਰਦੇ ਹੋਏ ਔਖੇ ਵੇਲੇ ਤੁਹਾਨੂੰ $5,000-$4,000 ਤੇ ਤੁਸੀਂ ਉਹਨੂੰ ਕਹਿੰਦਾ ਭਾਈ ਸਾਹਿਬ ਮੈਂ ਤੁਹਾਡਾ ਅਹਿਸਾਨ ਸਾਰੀ ਉਮਰ ਨਹੀਂ ਭੁਲਾਂਗਾ, ਪਰ ਕੀ ਤੁਸੀਂ ਕਦੇ ਉਹਦਾ ਅਹਿਸਾਨ ਮੰਨਦੇ ਹੋ ਜਿਹਨੇ ਤੁਹਾਨੂੰ ਇਹ ਸੁੰਦਰ ਕਾਇਆ ਦਿੱਤੀ ਹੈ? ਕਦੇ ਉਹਦਾ ਅਹਿਸਾਨ ਮੰਨਿਆ ਜਿਹਨੇ ਵੇਖਣ ਲਈ ਅੱਖਾਂ ਦਿੱਤੀਆਂ, ਸੁਣਨ ਲਈ ਕੰਨ ਦਿੱਤੇ, ਬੋਲਣ ਲਈ ਜਿਹਾ ਦਿੱਤੀ, ਸੋਚਣ ਲਈ ਦਿਮਾਗ ਦਿੱਤਾ, ਕਦੇ ਉਹਨੂੰ ਕਿਹਾ ਮੈਂ ਤੇਰਾ ਅਹਿਸਾਨ ਮੰਨਦਾ, ਕਦੇ ਉਹਦਾ ਸ਼ੁਕਰਾਨਾ ਕੀਤਾ? ਕਦੇ ਨਹੀਂ ਕੀਤਾ। ਤੇ ਜੇ ਉਹਦਾ ਸ਼ੁਕਰਾਨਾ ਨਹੀਂ ਕੀਤਾ ਤਾਂ ਜਿਹੜਾ ਤੁਹਾਨੂੰ $10,000 ਦੇ ਰਿਹਾ ਉਹਦਾ ਸ਼ੁਕਰਾਨਾ ਕੀ ਗਾਰੰਟੀ ਹੈ ਵੀ ਉਹਦਾ ਸ਼ੁਕਰਾਨਾ ਕਰੋਗੇ?
ਲੈ ਕੇ ਸਰਕਾਰ ਨੇ ਕਹੀ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਕਿੱਥੇ ਹੁੰਦਾ ਹੈ ਆਪਣੇ ਧੰਦੇ ਚ ਨਹੀਂ ਬੰਦੇ ਨੂੰ ਵੇਲ ਮਿਲਦੀ ਸੁਕਰਾਨਾ ਕਿਹੜੇ ਵੇਲੇ ਮੁਕਰਨਾ ਬੇਟਾ ਵੱਡੀ ਗੱਲ ਇਹ ਹੈ ਵੀ ਅਸੀਂ ਕਿਸੇ ਗੱਲ ਨੂੰ ਮੰਨਣ ਲਈ ਵੀ ਤਿਆਰ ਨਹੀਂ ਹੈ ਕਿ ਹਾਂ ਅਸੀਂ ਮੰਨਦੇ ਹਾਂ ਵੀ ਅਸੀਂ ਮੁਕਰ ਜਾਵਾਂਗੇ ਅਸੀਂ ਬਿਲਕੁਲ ਮੰਨਣ ਲਈ ਤਿਆਰ ਨਹੀਂ ਹੈ ਕਿਉਂ ਨਹੀਂ ਤਿਆਰ ਕਿਉਂਕਿ ਅਸੀਂ ਸਮਝਦੇ ਹਾਂ ਅਸੀਂ ਸਭ ਕੁਝ ਜਾਣਦੇ ਹਾਂ ਹਾਲਾਂਕਿ ਅਸੀਂ ਕੁਝ ਵੀ ਨਹੀਂ ਜਾਣਦੇ ਜੋ ਸਾਨੂੰ ਗੁਰਬਾਣੀ ਜਣਾਉਣਾ ਚਾਹੁੰਦੀ ਹੈ ਉਹ ਅਸੀਂ ਜਾਣਦੇ ਨਹੀਂ ਆਓ ਆਪਣੇ ਸੰਵਿਧਾਨ ਸਬਜੈਕਟ ਵੱਲ ਮੋੜਾ ਪਾਈਏ ਇਹ ਸਾਡਾ ਸਰੀਰ ਹੈ ਜਿਹਨੂੰ ਅਸੀਂ ਕਹਿੰਦੇ ਮੈਂ ਹਾਂ ਇਹਦੀ ਸ਼ੁਰੂਆਤ ਜਿੱਥੋਂ ਇਹ ਸਰੀਰ ਬਣਨ ਦੀ ਸ਼ੁਰੂਆਤ ਹੁੰਦੀ ਹੈ ਕਿ ਉਹ ਜਿਹੜਾ ਇਹਦਾ ਰੂਪ ਹੁੰਦਾ ਉਹਦੇ ਚ ਇਸ ਸਰੀਰ ਦੇ ਦਰਸ਼ਨ ਕੀਤੇ ਜਾ ਸਕਦੇ ਨੇ ਜਿਹੜਾ ਪਹਿਲਾ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਉਹ ਪਿਤਾ ਦੀ ਬਿੰਦ ਵਿੱਚੋਂ ਇਹਦੇ ਦਰਸ਼ਨ ਹੋ ਸਕਦੇ ਨੇ ਦੇਖਿਆ ਜਾ ਸਕਦਾ ਇਸ ਸਰੀਰ ਨੂੰ ਨਹੀਂ ਉਹ ਪਿਤਾ ਦੇ ਬਿੰਦ ਵਿੱਚ ਚੱਲਦੇ ਇੱਕ ਨਹੀਂ ਤਿੰਨ ਵਰਗੇ ਹਜ਼ਾਰਾਂ ਕਾਂਡ ਦੌੜਦੇ ਫਿਰਦੇ ਨੇ ਉਹਨਾਂ ਨੂੰ ਦੇਖ ਸਕਦਾ ਨਹੀਂ ਉਹਨੂੰ ਦੇਖਣ ਲਈ ਸ਼ਕਤੀ ਵਰਤਦਾ ਮਾਈਕਰੋਸਕੋਪ ਜਿਹੜੀ ਦੇਖਦੀ ਹੈ ਹਾਂ ਉਹ ਕਿੰਨੇ ਦੌੜ ਰਹੇ ਨੇ ਉਹਨਾਂ ਵਿੱਚੋਂ ਇੱਕ ਕਣ ਤੋਂ ਤੇਰੀ ਪੈਦਾਇਸ਼ ਸ਼ੁਰੂ ਹੁੰਦੀ ਹੈ ਏਡਾ ਛੋਟਾ ਏਡਾ ਛੋਟਾ ਜਿਹੜਾ ਅੱਖਾਂ ਨਾਲ ਦਿਸਦਾ ਵੀ ਨਹੀਂ ਉਹ ਤੇਰਾ ਆਕਾਰ ਹੈ ਉਸ ਸਮੇਂ ਜਿੱਥੋਂ ਤੇਰੀ ਸ਼ੁਰੂਆਤ ਹੋਈ ਹੈ ਜਿਵੇਂ ਕੋਈ ਅੱਖਰ ਲਿਖਣ ਤੋਂ ਪਹਿਲਾਂ ਤੇਰੇ ਨਾਲ ਇੱਕ ਬਿੰਦੂ ਲਾ ਦਿਓ ਪਰ ਉਹ ਬਿੰਦੂ ਤਾਂ ਫਿਰ ਵੀ ਦਿਸਦਾ ਹੈ ਤੇਰਾ ਉਹ ਆਕਾਰ ਤਾਂ ਦਿਸਦਾ ਵੀ ਨਹੀਂ ਫਿਰ ਤੂੰ ਕਦੇ ਇਹ ਨਹੀਂ ਸੋਚਿਆ ਬਈ ਏਡੇ ਛੋਟੇ ਆਕਾਰ ਵਿੱਚ ਜਦੋਂ ਤੂੰ ਮਾਤਾ ਦੇ ਉਦਰ ਵਿੱਚ ਪਹੁੰਚਿਆ ਜਿੱਥੇ ਇੱਕ ਅੱਗ ਹੈ ਜਿਸਦਾ ਨਾਮ ਜਠਰ ਅਗਨੀ ਹੈ ਯਾਦ ਰੱਖਿਓ ਜਿਹੜੀ ਅੱਗ ਹੈ ਨਾ ਇਹ ਦਾਵਾ ਅਗਨੀ ਬੜਵਾ ਅਗਨੀ ਜਠਰ ਅਗਨੀ ਤੇ ਪ੍ਰਤੱਖ ਅਗਨੀ ਇਹ ਚਾਰ ਤਰ੍ਹਾਂ ਦੀ ਅੱਗ ਹੈ ਤੇ ਬਾਣੀ ਨੇ ਜਿਹੜਾ ਲਿਖਿਆ ਹੰਸ ਹੇਤ ਲੋਭ ਤੇ ਕੋਭ ਹੰਸ ਹਿੰਸਾ ਜੀਵਾਂ ਨੂੰ ਮਾਰਨਾ ਹਿੰਸਾ ਕਰਨੀ ਹੇਤ ਜੀਵਾਂ ਨਾਲ ਹਿੱਤ ਕਰਨਾ ਲੋਭ ਕਰਨਾ ਤੇ ਕੋਪ ਕ੍ਰੋਧ ਕਰਨਾ ਗੁੱਸਾ ਕਰਨਾ ਇਹ ਵੀ ਅੱਗ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਜ਼ਾਰਾਂ ਵਾਰ ਤੁਸੀਂ ਪੜ੍ਹੇ ਤੇ ਜਿਹੜਾ ਇਹਨਾਂ ਨਦੀਆਂ ਚ ਵੜ ਜਾਂਦਾ ਹੈ ਨਾ ਜੇ ਤੁਸੀਂ ਕਹੋ ਮੁੜ ਕੇ ਸਾਬਤ ਨਿਕਲ ਆਏ ਤੇ ਨਹੀਂ ਨਿਕਲੇਗਾ ਅਬ ਹੈ ਦੰਜਾ ਨਾਨਕਾ ਸਰ ਜਾਂਦਾ ਤੇ ਤਰੀਆ ਕਰਮੀ ਲੱਗ ਉਹਦੀ ਕਿਰਪਾ ਨਾਲ ਹੀ ਇਹ ਨਦੀਆਂ ਤੋਂ ਤਰਿਆ ਜਾ ਸਕਦਾ ਨਹੀਂ ਤਾਂ ਨਹੀਂ ਤਰਿਆ ਜਾ ਸਕਦਾ
ਗੁਰੂ ਕਾ ਬਚਨ, ਗੁਰੂ ਦੇ ਬੋਲ, ਗੁਰੂ ਦੀ ਕਿਰਪਾ, ਗੁਰੂ ਦੇ ਦੁਆਰਾ ਦੱਸਿਆ ਗਿਆ ਨਾਮ ਐਸਾ ਹੈ ਜਿਹੜਾ ਉਸ ਅੱਗ ਤੋਂ ਬਚਾ ਲੈਂਦਾ। ਗੁਰ ਕਾ ਬਚਨ ਵਸੈ ਜੀ ਨਾਲੇ, ਫਿਰ ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਤੇ ਪਾਹੇ ਨਾ ਸਕੈ ਜਾਲੇ। ਪਾਣੀ ਉਹਨੂੰ ਡੋਲ ਨਹੀਂ ਸਕਦਾ। ਗੁਰੂ ਦੇ ਬਚਨਾਂ ਦੀ ਗੱਲ ਕਰਦਾ ਮੈਂ, ਤਸਕਰ ਨਹੀਂ ਲੈਵੈ, ਚੋਰ ਲੁੱਟ ਕੇ ਨਹੀਂ ਲਿਜਾ ਸਕਦੇ, ਅੱਗ ਉਹਨੂੰ ਸਾੜ ਨਹੀਂ ਸਕਦੀ। ਜਿਹਦੇ ਕੋਲ ਗੁਰੂ ਦਾ ਬਚਨ ਫਸਦਾ ਹੈ, ਗੁਰੂ ਦਾ ਬਚਨ ਜਿਹਦੇ ਨਾਲ, ਅਸੀਂ ਤਾਂ ਲੱਖਾਂ ਵਾਰ ਗੁਰੂ ਦੇ ਬਚਨ ਨੂੰ ਭੁਲਾ ਦਿੱਤਾ, ਗੁਰੂ ਦੇ ਬਚਨ ਨੂੰ ਸਮਝਿਆ ਹੀ ਨਹੀਂ। ਗੁਰੂ ਕਹਿੰਦਾ ਰਿਹਾ ਨਿੰਦਾ ਨਾ ਕਰ, ਅਸੀਂ ਨਹੀਂ ਛੱਡੀ, ਅਸੀਂ ਸਵਾਦ ਲੈਂਦੇ ਰਹੇ ਨਿੰਦਾ ਚ। ਉਹ ਸਾਡਾ ਉਹ ਮੂਲ ਹੈ, ਬਹੁਤ ਛੋਟਾ, ਬਹੁਤ ਛੋਟਾ, ਜੋ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਉਹ ਸਾਡਾ ਮੂਲ ਮੁੱਢ ਹੈ, ਜੜ ਹੈ ਸਾਡੀ। ਉੱਥੋਂ ਸਾਡਾ ਜੀਵਨ ਦੀ ਸ਼ੁਰੂਆਤ ਹੋਣੀ ਹੈ। ਜਿਹਨੂੰ ਅੱਗ ਵਿੱਚ ਪਾ ਕੇ ਰੱਖਣ ਵਾਲੇ ਤੁਸੀਂ ਨਹੀਂ, ਰੱਖਣ ਵਾਲਾ ਕੋਈ ਹੋਰ ਹੈ। ਤੇ ਜੇ ਤੁਸੀਂ ਪੁੱਛੋ ਵੀ ਇੰਨੀ ਅੱਗ ਵਿੱਚ ਫਿਰ ਉਹ ਸੜਿਆ ਗਿਆ ਨਹੀਂ, ਤਰਕ ਕਰ ਸਕਦਾ ਨਾ ਬੰਦਾ। ਤੇ ਗੁਰੂ ਇਹ ਬਚਨ ਕਹਿੰਦਾ ਹੈ ਕਿ ਗਰਬ ਬੜੋ ਮੂਲ ਨਿਤਣੋ। ਹੰਕਾਰ ਤਾਂ ਤੇਰਾ ਬੜਾ ਵੱਡਾ ਹੈ, ਤੇਰਾ ਮੂਲ ਤਾਂ ਕੁਝ ਵੀ ਨਹੀਂ, ਰਹਿਣ ਨਹੀਂ ਗਹਿ ਕਿਤਨੋ। ਗਹਿ ਦਾ ਅਰਥ ਫੜ ਲਾ ਜਿੰਨਾ ਮਰਜ਼ੀ, ਪਰ ਤੂੰ ਰਹਿ ਨਹੀਂ ਸਕੇਗਾ ਸੰਸਾਰ ਤੇ ਸਰੀਰ ਵਿੱਚ, ਇਹਦੇ ਤੋਂ ਨਿਕਲ ਕੇ ਤੈਨੂੰ ਜਾਣਾ ਪਏਗਾ। ਇਹ ਪਿਤਾ ਦੇ ਅੰਦਰੋਂ ਮਾਤਾ ਦੇ ਉਦਰ ਵਿੱਚ ਪਹੁੰਚ ਗਿਆ। ਮਾਤਾ ਨੂੰ ਵੀ ਪਤਾ ਨਹੀਂ ਚੱਲਿਆ ਕਿ ਮੇਰੇ ਸਰੀਰ ਵਿੱਚ ਕਿਸੇ ਨਵੇਂ ਜੀਵ ਨੇ ਪ੍ਰਵੇਸ਼ ਪਾਇਆ ਹੈ। ਉੱਥੇ ਫਿਰ ਕਿਸ ਨੇ ਰੱਖਿਆ ਕੀਤੀ? ਮਾਤਾ ਪਿਤਾ ਦਾ ਕੰਮ ਜਿਹਾ ਤਾਂ ਬਾਅਦ ਵਿੱਚ ਹੁੰਦਾ ਜਿਹਾ ਕਹਿ ਰਹੇ ਹੋ, ਉਹ ਤਾਂ ਫਿਰ ਕਹਿੰਦੇ ਤੈਨੂੰ ਬੜਾ ਔਖਾ ਹੋ ਕੇ ਪਾਇਆ। ਮਾਂ ਕਹਿੰਦੀ ਤੈਨੂੰ 10 ਮਹੀਨੇ ਪੇਟ ਵਿੱਚ ਰੱਖਿਆ ਮੈਂ ਆਪਣੇ ਵਿੱਚ, ਨਹੀਂ ਤੂੰ ਰੱਖਿਆ ਨਹੀਂ, ਕਿਸੇ ਨੇ ਟਿਕਾਇਆ ਹੈ ਤੇਰੇ ਪੇਟ ਵਿੱਚ। ਇੰਨੀਆਂ ਐਸੀਆਂ ਬਾਬਾ ਨੇ ਜਿਹੜੀਆਂ ਆਪਣੇ ਪੇਟ ਵਿੱਚ ਅੱਜ ਕੱਲ੍ਹ ਬੱਚਿਆਂ ਨੂੰ ਨਹੀਂ ਰਹਿਣ ਦਿੰਦੀਆਂ। ਕਾਤਲ ਅਸੀਂ ਕਦੇ ਸੋਚਿਆ ਨਹੀਂ। ਹੁਣ ਉੱਥੇ ਪਲਿਆ ਕਿਵੇਂ? ਨਾ ਉੱਥੇ ਖੁਰਾਕ ਜਾਣ ਦਾ ਕੋਈ ਰਸਤਾ ਹੈ, ਨਾ ਉੱਥੇ ਹਵਾ ਪਹੁੰਚਣ ਦਾ ਕੋਈ ਰਸਤਾ ਹੈ। ਉੱਥੇ ਪਾਕਟ ਵਿੱਚ ਇੱਕ ਥੈਲੀ ਵਿੱਚ ਇਹ ਲਿਪਟਿਆ ਹੋਇਆ ਹੈ, ਕੋਈ ਰਸਤਾ ਨਹੀਂ ਆਲੇ ਦੁਆਲੇ ਬੰਦ ਹੈ ਉੱਥੇ। ਉੱਥੇ ਮਾਤਾ ਦੇ ਉਦਰ ਵਿੱਚ 10 ਮਹੀਨੇ ਗੁਜ਼ਾਰਦਾ, 10 ਮਹੀਨੇ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਤੋਂ ਬਾਅਦ ਪਰਮੇਸ਼ਵਰ ਦਾ ਹੁਕਮ ਹੁੰਦਾ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ,
ਦਸ ਮਹੀਨਿਆਂ ਬਾਅਦ ਤੇ ਫਿਰ ਮਾਤਾ ਦੇ ਉਦਰ ਤੋਂ ਬਾਹਰ ਆਉਂਦਾ ਵਿੱਚੋਂ ਗਰਭ ਹੈ ਨਿਕਲ ਆਇਆ ਤੇ ਜਦੋਂ ਇਹਨੂੰ ਸੰਸਾਰ ਦੀ ਹਵਾ ਲੱਗਦੀ ਹੈ ਤੇ ਲਾਗਤ ਪਵਨ ਖਸਮ ਬਿਸਰਾਇਆ ਉੱਥੇ ਨਾ ਮਾਂ ਪੜਦੀ ਹੈ ਨਾ ਇਹਨੂੰ ਬਾਪ ਪੜਦਾ ਨਾ ਇਹਨਾਂ ਨੂੰ ਪਤਾ ਹੁੰਦਾ ਕਿਵੇਂ ਪੜਦੇ ਮਾਂ ਜੇ ਉਹ ਸਮਾਂ ਆਪਣਾ ਬਚਾਉਂਦੀ ਹੈ ਤਾਂ ਆਪਣੀ ਪੀੜਾ ਤੋਂ ਡਰਦਿਆਂ ਬਚਾਉਂਦੀ ਹੈ ਤੇਰਾ ਉੱਚੇ ਨੀਵੇਂ ਥਾਂ ਪੈਰ ਨਾ ਪੈ ਜਾਏ ਮੇਰੇ ਕਿਤੇ ਚੋਟ ਨਾ ਆ ਜਾਏ ਮੇਰੇ ਅੰਦਰ ਇੱਕ ਜੀਵ ਪੜ ਰਿਹਾ ਹੈ ਉੱਥੇ ਕੌਣ ਮਿਰਤ ਪਾਲਣਾ ਕਰਦਾ ਸਾਨੂੰ ਗੁਰੂ ਤੋਂ ਪੁੱਛਣਾ ਪਏਗਾ ਅਸੀਂ ਸਤਿਗੁਰੂ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ ਕਿ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਵਾਲੇ ਪਾਲਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਵਾਲੇ ਮਾਤਾ ਦੇ ਉਦਰ ਵਿੱਚ ਵੀ ਅੱਗ ਹੈ ਉੱਥੇ ਵੀ ਪਾਣੀ ਹੈ ਉੱਥੇ ਪੰਪਟ ਵਿੱਚੋਂ ਪਾਣੀ ਦੇ ਉੱਤੇ ਤਰਦਾ ਰਹਿੰਦਾ ਉੱਥੇ ਤਾਂ ਐਸੀ ਦਸ਼ਾ ਵੀ ਬਾਣੀ ਨੇ ਕਹੀ ਹੈ ਕਿ ਮੁੱਖ ਤਲੈ ਪੈਰ ਉੱਪਰ ਵਸੰਦੋ ਪਹਥੜਿਆ ਥਾਏ ਕੁਥਰੀ ਜਗ੍ਹਾ ਗੰਦੀ ਜਗ੍ਹਾ ਤੇ ਰਹਿ ਰਿਹਾ ਆਲੇ ਦੁਆਲੇ ਮਲ ਪੁੱਤਰ ਹੈ ਉੱਥੇ ਰਹਿ ਰਿਹਾ ਤੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਸੋ ਥੜੀ ਕਿਉਂ ਵਸਾ ਰਹੇ ਹੋ ਉਂਗੜਾ ਜਿਸਦੇ ਨਾ ਹੈ ਜਿਹਦੇ ਨਾਮ ਨਾਲ ਤੂੰ ਉੱਥੇ ਬਚਿਆ ਰਿਹਾ ਜਿਉਂਦਾ ਰਿਹਾ ਕਿਉਂ ਉਹਨੂੰ ਵਸਾ ਦਿੱਤਾ ਵਰਤ ਨੂੰ ਤੂੰ ਇਹਨੂੰ ਕੋਈ ਯਾਦ ਨਹੀਂ ਤੇ ਐਡਾ ਬੇਸ਼ਰਮ ਹੈ ਕਿ ਐਡੀਆਂ ਐਡੇ ਮਹਿਣੇ ਸੁਣਦਾ ਹੋਇਆ ਵੀ ਉਹਨੂੰ ਯਾਦ ਨਹੀਂ ਕਰਦਾ ਇਹ ਸੋਚਦਾ ਮੈਂ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਦਸ ਮਹੀਨਿਆਂ ਤੋਂ ਬਾਅਦ ਉਸ ਸਮੇਂ ਨਹੀਂ ਪਤਾ ਹੁੰਦਾ ਸੀ ਮਾਂ ਨੂੰ ਕਿ ਮੇਰੇ ਕੋਈ ਇੰਸਟਰੂਮੈਂਟ ਜਿਹੜੇ ਅਜੇ ਨੇ ਸਾਇੰਸ ਨੇ ਨਹੀਂ ਸੀ ਬਣਾਏ ਕਿ ਮਾਤਾ ਦੇ ਉਦਰ ਵਿੱਚ ਪਰਖਿਆ ਜਾਏ ਜਾਂ ਪਿਤਾ ਦੇ ਵੀਰਨ 'ਚ ਹੀ ਪਰਖਿਆ ਜਾਏ ਕਿ ਇਹ ਲੜਕਾ ਹੈ ਜਾਂ ਲੜਕੀ ਹੈ ਅੱਜ ਤਾਂ ਐਸੇ ਵੀ ਜਨਮ ਹੋਣ ਲੱਗ ਗਏ ਕਿ ਡਾਇਰੈਕਟ ਹੀ ਲੜਕਾ ਰੱਖਣਾ ਹੈ ਤਾਂ ਉਹਦੇ ਵਿੱਚ ਲੜਕਾ ਰੱਖਦੇ ਹੋ ਅਤੇ ਜੇ ਲੜਕੀ ਰੱਖਣੀ ਹੈ ਤਾਂ ਲੜਕੀ ਰੱਖ ਦਿੰਦੇ ਨੇ ਡਾਕਟਰ ਅਤੇ ਲੜਕੀ ਪੜ੍ਹਦੀ ਹੈ ਮਾਤਾ ਦੇ ਉਦਰ ਵਿੱਚ ਅੱਜ ਵਿਗਿਆਨ ਇੱਥੋਂ ਤੱਕ ਪਹੁੰਚ ਗਿਆ ਤੁਸੀਂ ਪਰਮਾਰਥ ਨੂੰ ਵੀ ਝੁਠਲਾ ਨਹੀਂ ਸਕਦੇ ਵਿਗਿਆਨ ਨੂੰ ਵੀ ਝੁਠਲਾ ਨਹੀਂ ਸਕਦੇ ਨਾ ਵਿਗਿਆਨ ਸਿਰਾ ਹੈ ਤੇ ਪਰਮਾਰਥ ਨੇ ਉਹ ਗੱਲਾਂ ਕਹੀਆਂ ਨੇ ਬਿਨਾਂ ਕਿਸੇ ਸਾਧਨ ਦੇ ਵਿਗਿਆਨ ਕੋਲ ਸਾਧਨ ਵਿਗਿਆਨ ਨੇ ਜੇ ਸਪੇਸ ਦੀ ਇਸ ਪ੍ਰਕਾਰ ਦੀ ਖੋਜ ਕੀਤੀ ਤਾਂ ਸਾਧਨਾਂ ਤੇ ਜਾ ਕੇ ਕੀਤੀ ਤੇ ਜੇ ਪਰਮਾਰਥ ਨੇ ਖੋਜੀਆਂ ਨੇ ਸਪੇਸ ਖੋਜਿਆ ਤਾਂ ਸਾਧਨਾਂ ਤੋਂ ਬਿਨਾਂ ਖੋਜਿਆ ਗੁਰੂ ਨਾਨਕ ਨੇ ਜੇ ਬਚਨ ਕਹੇ ਪਾਤਾਲਾ ਪਾਤਾਲ ਲੱਖ ਆਰਾਸਾਂ ਆਗਾਸ ਔੜਕ ਔੜਕ ਭਲ ਥੱਕੇ ਵੇਦ ਕਹਿਣ ਇੱਕ ਵਾਤ ਤਾਂ ਕਿਸੇ ਰਾਕਟ ਤੇ ਜਾ ਕੇ ਉਹਨਾਂ ਨਹੀਂ ਦੇਖੇ ਕਿਸੇ ਥਾਂ ਗਏ ਨਹੀਂ ਬਸ ਇੱਕ ਸੁਰਤ ਦੇ ਦੇਸ਼ ਵਿੱਚ ਗਏ ਯਾਦ ਰੱਖੋ ਅੱਜ ਵੀ ਜਾਇਆ ਜਾ ਸਕਦਾ ਹੈ ਕਿਉਂ ਕਿਵੇਂ ਜਾਇਆ ਜਾ ਸਕਦਾ ਜਦੋਂ ਆਪਣੀ ਸੁਰਤ ਨੂੰ ਮੋੜ ਕੇ ਅਤੀਤ ਵੱਲ ਲੈ ਜਾਓ ਤੁਹਾਡਾ ਧਿਆਨ ਕਿਸੇ ਪਾਸੇ ਖਿੰਡ ਕੇ ਨਾ ਜਾਏ ਕੇਵਲ ਜਦੋਂ ਤੁਸੀਂ ਸੋਚੋ ਤੇ ਉੱਥੋਂ ਬਾਰੇ ਸੋਚੋ ਉੱਧਰ ਸੋਚਦੇ ਚਲੇ ਜਾਓ ਸੋਚਦੇ ਚਲੇ ਜਾਓ ਸੋਚਦੇ ਚਲੇ ਜਾਓ ਸੋਚਦੇ ਚਲੇ ਜਾਓ ਉਹਨਾਂ ਲੱਖਾਂ ਪਤਾਲਾਂ ਆਕਾਸ਼ਾਂ ਵਿੱਚ ਪਹੁੰਚ ਜਾਓਗੇ
ਸਾਡੀ ਸੋਚ ਤਾਂ ਕੇਵਲ ਇੱਥੇ ਸੰਸਾਰ ਵਿੱਚ ਹੀ ਬਚ ਗਈ, ਮਾਇਆ ਇਕੱਠੀ ਕਰਨ ਵਿੱਚ ਬਚ ਗਈ, ਪੁੱਤਰਾਂ ਧੀਆਂ ਨੂੰ ਪਾਲਣ ਵਿੱਚ ਬਚ ਗਈ, ਦੁਕਾਨ ਬਣਾਉਣ ਵਿੱਚ ਬਚ ਗਈ। 10 ਮਹੀਨੇ ਮਾਤਾ ਦੇ ਉਦਰ ਵਿੱਚ ਰਹਿਣ ਤੋਂ ਬਾਅਦ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਬੱਚੇ ਨੇ ਜਨਮ ਲੈ ਲਿਆ, ਇੱਥੋਂ ਇਹਦੇ ਜੀਵਨ ਦੀ ਸ਼ੁਰੂਆਤ ਹੋਈ। ਹੁਣ ਇਹਨੇ ਜਨਮ ਤਾਂ ਲੈ ਲਿਆ, ਹੁਣ ਜਿਹੜੀ ਮਾਂ ਦਾਵਾ ਕਰਦੀ ਮੈਂ ਤੈਨੂੰ ਬੜੇ ਦੁੱਖਾਂ ਨਾਲ ਪਾਲਿਆ, ਜੇ ਭਲਾ ਉਹ ਮਾਤਾ ਦੇ ਥਣਾਂ ਵਿੱਚ ਦੁੱਧ ਨਾ ਭੇਜਦਾ ਮਾਂ ਪਾੜ ਲੈਂਦੀ ਨਹੀਂ ਸੀ ਪੜ ਸਕਦੀ। ਉਹਨੇ ਜਿੱਥੇ ਜੀਵ ਨੂੰ ਭੇਜਿਆ ਉੱਥੇ ਖੁਰਾਕ ਨਾਲ ਫਿਰ ਪਹਿਲਾਂ ਭੇਜੀ। ਈਸ਼ਵਰ ਦੀ ਦਿੱਤੀ ਹੋਈ ਖੁਰਾਕ ਮਾਂ ਨੇ ਦਿੱਤੀ, ਈਸ਼ਵਰ ਦਾ ਦਿੱਤਾ ਹੋਇਆ ਸਵਾਸ ਉਹਨੇ ਮਾਤਾ ਦੇ ਪੇਟ ਵਿੱਚ ਪਾਲਿਆ, ਉਸਨੂੰ ਮਾਤਾ ਦੇ ਪੇਟ ਵਿੱਚੋਂ ਉਹਦੀ ਨਾਭੀ ਵਿੱਚ ਕੁਦਰਤ ਨੇ, ਜਿਸ ਨੂੰ ਅਸੀਂ ਬਾਅਦ ਵਿੱਚ ਜਦੋਂ ਜਨਮ ਲੈਂਦਾ ਬੱਚਾ ਤਾਂ ਨਾੜੂਆ ਕਹਿ ਕੇ ਕੱਟਦੇ ਹਾਂ ਨਾ, ਨਾਭੀ ਨਾਲ ਜੁੜੀ ਹੋਈ ਇੱਕ ਨਾੜੀ, ਅਸੀਂ ਉਹਨੂੰ ਕੱਟ ਕੇ ਉਹਦੇ ਤੇ ਪੁਰਾਣੀਆਂ ਮਾਈਆਂ ਧਾਗਾ ਬੰਨ ਦਿੰਦੀਆਂ ਸੀ। ਉਹਦੇ ਵਿੱਚ ਜਿਹੜਾ ਵਿਗਿਆਨ ਨੇ ਹੁਣ ਖੋਜਿਆ ਉਹਦੇ ਵਿੱਚ ਇੱਕ ਸੈੱਲ, ਉਹਨੂੰ ਸਟੈਮ ਸੈੱਲ ਕਹਿੰਦੇ, ਉਹਦੇ ਤੋਂ ਉਹਨਾਂ ਨੇ ਕੈਪਸੂਲ ਤਿਆਰ ਕਰ ਲਏ ਵਿਗਿਆਨ ਨੇ, ਬੰਦੇ ਨੂੰ ਤਾਕਤ ਦੇਣ ਲਈ ਉਹ ਕੈਪਸੂਲ ਦਿੰਦੇ ਨੇ, ਸਟੈਮ ਸੈੱਲ ਕੈਪਸੂਲ। ਉਹ ਉਹਦੇ ਵਿੱਚ ਵੀ ਕੁਦਰਤ ਉਹਨੂੰ ਉਹ ਜੀਵ ਪਹੁੰਚਾਉਂਦੀ ਰਹੀ ਉਹਦੇ, ਜਿਹਦੇ ਨਾਲ ਉਹਦੀ ਡਿਵੈਲਪਮੈਂਟ ਹੋਈ। ਉਸ ਅਣੂ ਵੱਲ ਨਿਗਾਹ ਲੈ ਕੇ ਜਾਓ ਤੇ 10 ਮਹੀਨਿਆਂ ਬਾਅਦ ਪੈਦਾ ਹੋਣ ਵਾਲੇ ਉਸ ਬੱਚੇ ਵੱਲ ਨਿਗਾਹ ਲੈ ਕੇ ਜਾਓ, ਉਹਨੂੰ ਕਿਹੜੀ ਖੁਰਾਕ ਮਾਂ ਨੇ ਦਿੱਤੀ ਜੀ? ਕੁਛ ਵੀ ਨਹੀਂ, ਮਾਂ ਨੇ ਤਾਂ ਖੁਦ ਖਾਧਾ ਨਾ, ਮਾਂ ਦੀ ਖੁਰਾਕ ਉਸਦੀ ਖੁਰਾਕ ਬਣ ਗਈ, ਮਾਂ ਦਾ ਸਵਾਸ ਉਸਦਾ ਸਵਾਸ ਬਣ ਗਿਆ। ਕੁਦਰਤ ਨੇ ਐਸਾ ਕੁਝ ਮਾਂ ਦੇ ਅੰਦਰ ਫਿੱਟ ਕਰ ਦਿੱਤਾ ਕਿ ਉਹਦਾ ਮਾਂ ਦੀ ਸਵਾਸ ਸਵਾਸ ਬਣ ਜਾਏ, ਮਾਂ ਦੀ ਖੁਰਾਕ ਉਸਦੀ ਖੁਰਾਕ ਬਣ ਗਈ। ਉਹ ਪੜ ਗਿਆ ਇੱਕ ਬੱਚੇ ਤੋਂ, ਇੱਕ ਛੋਟੇ ਜਿਹੇ ਅਣੂ ਤੋਂ ਮਾਸ ਦਾ ਲੋਥੜਾ ਬਣਿਆ, ਸਹਿਜੇ ਸਹਿਜੇ ਉਹ ਮਨੁੱਖ ਦੇ ਰੂਪ ਵਿੱਚ ਵੱਧਦਾ ਗਿਆ, ਵੱਡਾ ਹੋਇਆ, ਉਹਦੇ ਸਰੀਰ ਦੀ ਡਿਵੈਲਪਮੈਂਟ ਹੋਈ, ਉਹਦਾ ਬ੍ਰੇਨ ਦਿਸਣ ਵਿੱਚ ਆਇਆ, ਉਹਦੀਆਂ ਅੱਖਾਂ ਦਿਸਣ ਵਿੱਚ ਆਈਆਂ। ਯਾਦ ਰੱਖਿਓ, ਮੈਂ ਕਈ ਵਾਰੀ ਡਾਕਟਰਾਂ ਨਾਲ ਗੱਲਾਂ ਕਰਦਾ ਤੇ ਡਾਕਟਰਾਂ ਨੂੰ ਪੁੱਛਦਾ ਵੀ ਜਦੋਂ ਤੁਸੀਂ ਕਿਸੇ ਔਰਤ ਦਾ ਓਪਰੇਸ਼ਨ ਕਰਕੇ, ਮਤਲਬ ਸਮੇਂ ਤੋਂ ਪਹਿਲਾਂ ਬੱਚਾ ਗਿਰ ਜਾਂਦਾ ਹੈ, ਨਿਕਾਲਦੇ ਉਹਨੂੰ, ਜਿਹਨੂੰ ਅਬਾਰਸ਼ਨ ਲੋਕ ਕਹਿੰਦੇ ਨੇ, ਉਦੋਂ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੀ ਉਹ ਬੱਚਾ ਹੁੰਦਾ ਹੈ ਪੀੜ ਮੰਗਦਾ? ਕਹਿੰਦੇ ਹਾਂ। ਡਾਕਟਰ ਕਹਿੰਦਾ ਹਾਂ। ਮੈਂ ਕਿਹਾ ਕਿਵੇਂ? ਕਹਿੰਦਾ ਉਹ ਚੀਜ਼ ਇੱਕ ਮੌਨ ਚੀਜ਼ ਹੁੰਦੀ ਹੈ ਜਿਹੜੀ ਸੁਣਾਈ ਤਾਂ ਨਹੀਂ ਦਿੰਦੀ। ਜਦੋਂ ਡਾਕਟਰ ਉਹਨੂੰ ਨਿਕਾਲਣ ਲਈ ਉਹ ਕੋਈ ਸਨੀ ਨੁਮਾ ਜਿਹੜਾ ਔਜ਼ਾਰ ਹੈ ਉਹਦੇ ਵਿੱਚ ਪਾ ਕੇ ਉਹਨੂੰ ਦੱਬਦਾ ਹੈ ਤੇ ਅਚਾਨਕ ਚੀਕ ਮਾਰਨ ਵਾਂਗ ਉਹਦਾ ਮੂੰਹ ਖੁੱਲ ਜਾਂਦਾ, ਕਹਿੰਦਾ ਮਾਨ ਚੀਕ ਹੈ। ਜਿਹਦਾ ਮਤਲਬ ਪੀੜਾ ਉਸਨੂੰ ਵੀ ਵਿਆਪਦੀ, ਉਸ ਸਮੇਂ ਵੀ ਵਿਆਪਦੀ, ਪਰ ਮਾਵਾਂ ਕਦੇ ਸੋਚਦੀਆਂ ਨਹੀਂ ਮੈਂ ਕੀ ਕਰਨ ਲੱਗੀ। ਆਪਣੇ ਬੱਚੇ ਦਾ ਕਾਤਲ ਮਾਂ ਬਣ ਜਾਂਦੀ ਹੈ, ਚਾਹੇ ਉਹ ਲੜਕੀ ਕਿਉਂ ਨਾ ਹੋਵੇ, ਮੈਂ ਕਹਿੰਦੀ ਨਹੀਂ ਨਿਕਾਲ ਦੇ। ਹਾਲਾਂਕਿ ਲੜਕੇ ਨਹੀਂ ਸਮਝਦੇ ਮਾਂ ਬਾਪ ਨੂੰ,
ਅਦਰਕ ਕਰ ਕਿਉਂ ਮਰੇ? ਇਹ ਲੜਕੀਆਂ ਨੇ ਨਹੀਂ ਪੜਾਏ। ਉਹ ਸਤ ਸੰਗਾ ਲੜਕੇ ਉੱਥੇ ਨਾ ਮਿਟ ਜਾਂਦੇ ਹੋਣ ਤੇ ਲੜਕੀਆਂ ਧੀਆਂ ਫਿਰ ਮਿਟ ਜਾਂਦੀਆਂ ਹੋਣ। ਉਹਨਾਂ ਦਾ ਹਾਲ ਚਾਲ ਪੁੱਛ ਕੇ ਆਉਂਦੀਆਂ, ਉਹਨਾਂ ਨੂੰ ਤਾਂ ਦਿੰਦੀਆਂ ਹੋਣ, ਕੱਪੜੇ ਦੇ ਕੇ ਆਉਂਦੀਆਂ। ਇਹਨੇ ਜੀਵਨ ਦੀ ਜਦੋਂ ਸ਼ੁਰੂਆਤ ਹੋਈ ਹੈ, ਮਾਸ ਦੇ ਲੋਥੜੇ ਤੋਂ ਡਿਵੈਲਪ ਹੋਇਆ ਤੇ ਬੱਚਾ ਬਣ ਕੇ ਬਾਹਰ ਆ ਗਿਆ। ਗੁਰੂ ਸਾਹਿਬ ਇਸ ਘਟਨਾ ਨੂੰ ਬਿਆਨ ਕਰਦੇ ਨੇ ਬਾਣੀ ਵਿੱਚ, ਕਹਿੰਦੇ ਵਿੱਚੋਂ ਗਰਬੈ ਨਿਕਲ ਆਇਆ, ਲਾਗਤ ਪਵਨ ਖਾਸਮ ਬਿਸਰਾਏ। ਉਹਨੂੰ ਸੰਸਾਰ ਦੀ ਹਵਾ ਲੱਗੀ ਤੇ ਪਹਿਲਾ ਕੰਮ ਯਾਦ ਰੱਖਿਓ, ਹਵਾ ਦਾ, ਪਾਣੀ ਦਾ, ਉੱਥੋਂ ਦੇ ਵਾਤਾਵਰਣ ਦਾ ਤੁਹਾਡੇ ਜਿਹਨ ਤੇ, ਤੁਹਾਡੇ ਸਰੀਰ ਤੇ, ਤੁਹਾਡੇ ਰੋਮ ਰੋਮ ਤੇ ਅਸਰ ਕੀਤਾ। ਜਿਹੋ ਜਿਹੇ ਵਾਤਾਵਰਨ ਵਿੱਚ ਚਲੇ ਜਾਓਗੇ ਉਹਦਾ ਅਸਰ ਤੁਹਾਡੇ ਦਿਮਾਗ ਤੇ ਹੋ ਜਾਏਗਾ। ਕਈ ਥਾਵਾਂ ਐਸੀਆਂ ਆਉਂਦੀਆਂ ਨੇ ਉਜਾੜਾਂ ਵਿੱਚ ਜਾ ਕੇ ਵੀ ਤੁਹਾਡਾ ਵਾਹਿਗੁਰੂ ਕਹਿਣ ਦੀ ਕਰਦੇ। ਕਈ ਥਾਵਾਂ ਐਸੀਆਂ ਆਉਂਦੀਆਂ ਨੇ ਜਿੱਥੇ ਤੁਸੀਂ ਨਾਮ ਜਪਣ ਵੱਲ ਨਹੀਂ ਵੀ ਚਲੇ ਜਾਓ, ਨਹੀਂ ਤੁਹਾਡਾ ਮਨ ਹੀ ਨਹੀਂ ਕਰਦਾ ਵੀ ਨਾਮ ਨਾਲ ਜੁੜਿਆ ਜਾਏ, ਤੁਸੀਂ ਛੱਡ ਕੇ ਆ ਜਾਂਦੇ। ਕਿਉਂ? ਜਦੋਂ ਉਹਨੂੰ ਸੰਸਾਰ ਦੀ ਹਵਾ ਲੱਗੀ, ਜਿਸ ਹਵਾ ਵਿੱਚ ਝੂਠ ਹੈ, ਜਿਸ ਹਵਾ ਵਿੱਚ ਨਿੰਦਾ ਹੈ, ਜਿਸ ਹਵਾ ਵਿੱਚ ਭੈੜੇ ਗੰਦੇ ਵਿਚਾਰ ਨੇ, ਜਿਸ ਹਵਾ ਵਿੱਚ ਇੰਨਾ ਗੰਦ ਭਰਿਆ ਪਿਆ ਕਿ ਅੰਤ ਹੀ ਕੋਈ ਨਹੀਂ, ਜਦੋਂ ਉਹ ਹਵਾ ਉਸਨੂੰ ਜਨਮ ਲੈਂਦੇ ਨੂੰ ਲੱਗੀ ਤਾਂ ਵਾਹਿਗੁਰੂ ਦਾ ਨਾਮ ਉਸਨੂੰ ਭੁੱਲ ਗਿਆ। ਲਾਗਤ ਪਵਨ ਖਸਮ ਬਿਸਰਾਇਆ, ਹੁਣ ਵਾਪਰੇਗਾ ਕਿ ਆਵੇ ਜਾਏ ਪਵਾਈਆ, ਜੋਨੀ ਰਹਿਣ ਨਾ ਕਿਥਈ ਥਾਏ ਪਿਆ। ਹੁਣ ਜੇ ਉਹ ਨਾ ਜੁੜਿਆ ਦੁਬਾਰਾ ਫਿਰ ਸੰਸਾਰ ਤੇ ਜਨਮ ਲੈ ਕੇ ਆਉਂਦਾ ਰਹੇਗਾ, ਜੀਵਨ ਜੀਓ ਕੇ ਜਾਂਦਾ ਰਹੇਗਾ, ਜੁਨਾ ਵਿੱਚ ਭਟਕਦਾ ਰਹੇਗਾ ਪਰ ਕੁਝ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਨੇ ਕਿਹਾ ਜਨਮ ਹੋ ਗਿਆ, ਪਹਿਲੀ ਅਵਸਥਾ ਆ ਕੇ ਹੋ ਗਈ ਤੇ ਜਦੋਂ ਜਨਮ ਲਿਆ ਕਿਸੇ ਨੂੰ ਜਾਣਦਾ ਨਹੀਂ, ਇਹਨੂੰ ਇਹ ਵੀ ਪਤਾ ਨਹੀਂ ਮੈਂ ਮਨੁੱਖ ਹਾਂ, ਆਦਮੀ ਹਾਂ, ਜਾਂ ਮੈਂ ਜਾਨਵਰ ਹਾਂ, ਜਾਂ ਮੈਂ ਮੇਲ ਹਾਂ ਕਿ ਫੀਮੇਲ ਹਾਂ, ਮੇਰੇ ਵਿਚਾਰ ਕੈਸੇ ਨੇ, ਕੋਈ ਵਿਚਾਰ ਚੱਲਦਾ ਨਹੀਂ, ਸੁਣ ਨਹੀਂ ਜਾਂਦਾ। ਤੇ ਜਿਹਨੂੰ ਲੋਕ ਮਾਂ ਕਹਿੰਦੇ ਨੇ ਉਹਨੇ ਕਬਜ਼ਾ ਕਰ ਲਿਆ, ਮੈਂ ਇਹਦੀ ਮਾਂ, ਮੇਰਾ ਪੁੱਤਰ ਜੰਮਦਿਆਂ ਛਾਤੀ ਨਾਲ ਲੜ ਗਿਆ ਤੇ ਰੋਇਆ। ਭਾਈ ਸਾਹਿਬ ਭਾਈ ਗੁਰਦਾਸ ਦੱਸਦੇ ਨੇ ਵੀ ਰੋਣ ਦਾ ਵੀ ਇਹਦਾ ਕੋਈ ਕਾਰਨ ਸੀ। ਮਾਂ ਨੇ ਸਮਝ ਲਿਆ ਵੀ ਭੁੱਖਾ ਰੋ ਰਿਹਾ, ਕਿਉਂਕਿ ਮਾਂ ਤਾਂ ਉਹਨੂੰ ਪਾਲਣ ਦੀ ਗੱਲ ਕਰੇਗੀ ਨਾ, ਕਿ ਕਦੇ ਰੋਵੇ ਨਾ। ਭਾਈ ਗੁਰਦਾਸ ਜੀ ਦੇ ਰੰਗ ਦੇ ਪਿਆਰਿਆਂ ਨੇ ਤਬੀਬਾਂ ਨੇ ਹਕੀਮ ਨੂੰ ਤਬੀਬ ਕਹਿ ਦੇਣੀ, ਹਕੀਮਾਂ ਨੇ ਸਵਾਲ ਕੀਤਾ ਵੀ ਭਾਈ ਸਾਹਿਬ ਜੀ ਸਾਨੂੰ ਇੱਕ ਗੱਲ ਦੱਸੋ, ਤੁਸੀਂ ਸਿੱਖ ਕੌਮ ਦੇ ਵੇਦ ਵਿਆਸ ਹੋ, ਇਹ ਗੱਲ ਦੱਸੋ ਵੀ ਜਦੋਂ ਬੱਚਾ ਜਨਮ ਲੈਂਦਾ ਤੇ ਰੋਂਦਾ ਕਿਉਂ ਹੈ? ਤੇ ਨਾ ਰੋਵੇ ਨਾ, ਯਾਦ ਰੱਖਿਓ ਤਾਂ ਡਾਕਟਰ ਉਹਦੇ ਪੈਰਾਂ ਨੂੰ ਪਕੜ ਕੇ ਉਹਨੂੰ ਉਲਟਾ ਕਰਕੇ ਹਿਲਾਉਂਦੇ ਨੇ ਕਿ ਰੋਵੇ। ਦੋ ਕਾਰਨ ਨੇ ਹੁੰਦੇ, ਜੇ ਮੈਂ ਤੁਹਾਨੂੰ ਕਹਾਂ ਵੀ ਤੁਹਾਡੇ ਵਿੱਚੋਂ ਕੋਈ ਉੱਠੋ ਮੈਨੂੰ ਸਮਝਾਓ, ਲੋਕ ਕਿਹੜੇ ਸਮਝਾ ਸਕਦੇ ਹੋ? ਉਹ ਮੈਂ ਨਹੀਂ ਸਮਝਾ ਸਕਦੇ,
ਕਿਉਂਕਿ ਸਾਡੇ ਕੋਲ ਇਹ ਗੱਲਾਂ ਸੋਚਣ ਦਾ ਵੇਲ ਹੀ ਨਹੀਂ। ਉਹਦਾ ਪਹਿਲਾ ਕਾਰਨ ਇਹ ਹੈ ਵੀ ਜਨਮ ਲੈਣ ਤੋਂ ਪਹਿਲਾਂ ਜਦੋਂ ਉਹ ਮਾਤਾ ਦੇ ਉਦਰ ਵਿੱਚ ਹੁੰਦਾ ਹੈ, ਚਾਹੇ ਉਹ ਲੜਕਾ ਹੈ ਚਾਹੇ ਲੜਕੀ ਹੈ, ਉਹਦੇ ਹਾਰਟ ਵਿੱਚ ਇੱਕ ਸ਼ੇਕ ਹੁੰਦਾ ਹੈ, ਇੱਕ ਮੋਰੀ ਹੁੰਦੀ ਹੈ ਹਰ ਇਨਸਾਨ ਦੇ ਹੁੰਦੀ। ਕਿਉਂਕਿ ਜੇ ਤੁਸੀਂ ਕਹੋਗੇ ਉਦੋਂ ਵੀ ਹਾਰਟ ਚੱਲਦਾ, ਹਾਰਟ ਨਹੀਂ ਚੱਲਦਾ, ਉਦੋਂ ਹਾਚੀ ਉਹ ਗੁਫਾ ਅੰਦਰ ਰੱਖ ਕੇ ਮਾਜਾ ਪਵਨ ਹੋ ਜਾਏ। ਉਦੋਂ ਕੇਵਲ ਮਾਂ ਦੇ ਸਾਹਾਂ ਦੀ ਗਤੀ ਜੇ ਉੱਥੇ ਕੰਮ ਕਰਦਾ ਤਾਂ ਮਾਂ ਦਾ ਹਾਰਟ ਕੰਮ ਕਰਦਾ, ਬੱਚੇ ਦਾ ਹਾਰਟ ਨਹੀਂ ਚੱਲਦਾ। ਜਦੋਂ ਉਹ ਜਨਮ ਲੈ ਕੇ ਰੋਂਦਾ ਹੈ ਜਿੰਨਾ ਉਹਦੇ ਚ ਜ਼ੋਰ ਹੈ, ਜਿੰਨਾ ਉਹ ਕਰ ਸਕਦਾ, ਜਿੰਨਾ ਉਹ ਜ਼ੋਰ ਨਾਲ ਕਿਲਕਾਰੀ ਮਾਰ ਸਕਦਾ, ਰੋ ਸਕਦਾ, ਜਦੋਂ ਉਹ ਐਕਸ਼ਨ ਕਰਦਾ ਰੋਂਦਾ ਕਿਲਕਾਰੀ ਮਾਰਦਾ, ਉਹਦੇ ਹਾਰਟ ਦਾ ਸ਼ੇਕ ਬੰਦ ਹੋ ਜਾਂਦਾ ਤੇ ਸੈਕਿੰਡ ਦੇ ਕੁਝ ਹਿੱਸਿਆਂ ਦੇ ਬਾਅਦ ਵਿੱਚ ਉਹ ਜਿਹੜਾ ਜਦੋਂ ਹਾਰਟ ਦਾ ਸ਼ੇਕ ਬੰਦ ਹੋ ਗਿਆ ਫਿਰ ਉਹਦੇ ਚ ਖੂਨ ਸਰਕੂਲੇਟ ਹੁੰਦਾ, ਫਿਰ ਉਹ ਹਾਰਟ ਕੰਮ ਕਰਨ ਲੱਗਦਾ। ਕੰਮ ਤਾਂ ਉਹਦਾ ਇਹ ਰੋਲ ਹੁੰਦਾ ਜਿਹੜਾ ਕੁਦਰਤ ਰੋਲ। ਦੂਜਾ ਜਿਹੜਾ ਭਾਈ ਸਾਹਿਬ ਨੇ ਦੱਸਿਆ, ਯਾਦ ਰੱਖਿਓ ਆਪਾਂ ਸਿਰੇ ਤੇ ਨਹੀਂ ਪਹੁੰਚ ਸਕਾਂਗੇ, ਤੁਸੀਂ ਕਹੋਗੇ ਸਾਰੇ ਸ਼ਬਦ ਦੀ ਵਿਚਾਰ ਹਜੇ ਨਹੀਂ ਹੋ ਸਕੇ, ਮੈਂ ਟਾਈਮ ਤਾਂ ਤੁਹਾਡਾ 10 ਮਿੰਟ ਰਹਿ ਗਏ ਸਰ। ਉਹ ਦੂਜਾ ਕਾਰਨ ਜਿਹੜਾ ਭਾਈ ਸਾਹਿਬ ਨੇ ਦੱਸਿਆ, ਜਦੋਂ ਤਬੀਬਾ ਪੁੱਛਿਆ ਵੀ ਕਿਉਂ ਰੋਂਦਾ, ਭਾਈ ਸਾਹਿਬ ਕਹਿੰਦੇ ਰੋਵੈ ਗਿਆਨ ਗਵਾਏ ਕਹਿ ਮਾਇਆ ਮੋਹ ਹਨੇਰ ਗੁਬਾਰਾ। ਕਹਿੰਦੇ ਜਦੋਂ ਉਹਦੇ ਕੋਲੋਂ ਵਾਹਿਗੁਰੂ ਦਾ ਗਿਆਨ ਗਵਾਚ ਗਿਆ ਜਦੋਂ ਉਹਨੇ ਜਨਮ ਲਿਆ, ਕਿਉਂਕਿ ਸੰਸਾਰ ਦੀ ਹਵਾ ਉਹਨੂੰ ਲੱਗੀ ਜਿੱਥੇ ਅਗਿਆਨਤਾ ਦਾ ਹਨੇਰਾ ਹੀ ਹਨੇਰਾ, ਮਾਰੇ ਸੰਸਾਰ ਅੱਧ ਗਏਗਾ, ਉੱਥੇ ਉਹ ਦੇਖਿਆ ਉਹਨੇ ਵੀ ਮਾਇਆ ਦਾ ਮੋਹ ਦਾ ਹਨੇਰਾ ਹੀ ਹਨੇਰਾ, ਕੁੰਭ ਹਨੇਰਾ। ਰੋਵੈ ਗਿਆਨ ਗਵਾਏ ਕਹਿ ਮਾਇਆ ਮੋਹ ਹਨੇਰ ਗੁਬਾਰਾ। ਉਹ ਰੋਵੈ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਿਵਾਰ। ਉਹ ਆਪਣਾ ਦੁੱਖ ਰੋ ਰਿਹਾ ਔਰ ਉਹਦੇ ਦੁੱਖ ਨੂੰ ਕੌਣ ਸਮਝੇ, ਬਾਈ ਵੀ ਇਹਨੂੰ ਵੀ ਕੋਈ ਦੁੱਖ ਹੈ। ਪਰਿਵਾਰ ਪ੍ਰਸੰਨ ਹੁੰਦਾ, ਵਧਾਈਆਂ ਵੰਡੀਆਂ ਜਾ ਰਹੀਆਂ ਨੇ, ਪੁੱਤਰ ਨੇ ਜਨਮ ਲਿਆ ਵਧਾਈ ਹੋਵੇ, ਹੱਸ ਹੱਸ ਗਾਵੇ ਸਭ ਪਰਿਵਾਰ। ਤੇ ਜਦੋਂ ਉਹ ਰੋਇਆ ਤੇ ਮਾਂ ਨੇ ਕੀ ਕੀਤਾ ਵੀ ਛੇਤੀ ਦੇ ਨੇ ਚੁੱਕ ਲਿਆ ਤੇ ਉਹਦੇ ਮੂੰਹ ਵਿੱਚ ਆਸਥਨ ਪਾ ਦਿੱਤਾ, ਜਿਹੜੀ ਉਹਦੇ ਜੀਵਨ ਦੀ ਘਟਨਾ ਸੀ ਪਹਿਲੀ। ਜਿਹੜਾ ਸੰਸਕਾਰ ਸਾਨੂੰ ਗੁਰੂ ਨੇ ਦੱਸਿਆ ਸੀ ਅਸੀਂ ਉਹ ਨਹੀਂ ਕੀਤਾ, ਅਸੀਂ ਸੰਸਾਰ ਦੀਆਂ ਗੱਲਾਂ ਵਿੱਚ ਪੈ ਗਏ, ਬ੍ਰਾਹਮਣ ਦੇ ਦੱਸੇ ਵਿਚਾਰਾਂ ਵਿੱਚ ਪੈ ਗਏ। ਸਾਨੂੰ ਇਹ ਸਮਝਾਇਆ ਗਿਆ ਕਿ ਜਿਹੜੀ ਬੱਚੇ ਦੇ ਜੀਵਨ ਵਿੱਚ ਪਹਿਲੀ ਘਟਨਾ ਘਟਦੀ ਹੈ ਪੂਰਾ ਜੀਵਨ ਉਹਦਾ ਅਸਰ ਉਹ ਬੱਚੇ ਦੇ ਰਹਿੰਦਾ। ਤੋ ਪੁਰਾਣੇ ਸਮਿਆਂ ਵਿੱਚ ਇੱਕ ਘਟਨਾ ਜਿਹੜੀ ਘਟਾਉਂਦੇ ਸਨ ਅਸੀਂ, ਉਹ ਸੀ ਗੁੜਤੀ। ਲੋਕ ਗੁੜ ਲੈ ਕੇ ਕੁੱਟ ਕੇ ਕਿਸੇ ਸਿਆਣੀ ਮਾਈ ਨੂੰ ਕਿਸੇ ਸਿਆਣੇ ਬਜ਼ੁਰਗ ਨੂੰ ਦਿੰਦੇ ਸੀ, ਉਹ ਆਪਣੀ ਉਂਗਲੀ ਨਾਲ ਥੋੜ੍ਹਾ ਜਿਹਾ ਲਾ ਕੇ ਉਹਦੇ ਤਾਲੂ ਚ ਲਾ ਦਿੰਦਾ ਸੀ, ਉਹ ਫਿਰ ਚੱਟਦਾ ਰਹਿੰਦਾ ਸੀ, ਉਹਨੂੰ ਗੁੜਤੀ ਕਹਿੰਦੇ ਸੀ।
ਤੇ ਲੋਕਾਂ ਦਾ ਇਹ ਮੰਨਣਾ ਸੀ ਕਿ ਗੁਰਤੀ ਜਿਹੜੇ ਵਿਅਕਤੀ ਨੇ ਦਿੱਤੀ ਹੈ ਉਹਦੇ ਜੀਵਨ ਵਰਗਾ ਤੇ ਇਸ ਵਿਅਕਤੀ ਦਾ ਜੀਵਨ ਹੋਵੇ। ਕਦੇ ਕੋਈ ਇਹ ਨਹੀਂ ਸੀ ਕਹਿੰਦਾ ਕਿ ਫਲਾਨੀ ਮਾਈ ਪਾਗਲਾ ਨੂੰ ਬੁਲਾ ਲਓ ਗੁਰਤੀ ਦੇ ਦੇਵੇ। ਅੱਜ ਵੀ ਤੁਸੀਂ ਇਹ ਕਹਿੰਦੇ ਹੋ ਸਿਆਣੀ ਮਾਈ ਨੂੰ ਸੱਦੋ, ਫਲਾਣੀ ਮਾਈ ਬਹੁਤ ਪ੍ਰਧਾਨ ਹੈ ਉਹਨੂੰ ਸੱਦੋ, ਉਹ ਨਾਮ ਰਸੀਆ ਫਲਾਣਾ ਬਜ਼ੁਰਗ ਆ ਉਹਨੂੰ ਬੁਲਾਓ ਉਹਦੇ ਕੋਲੋਂ ਗੁਰਤੀ ਦਵਾਓ। ਅੱਜ ਵੀ ਐਵੇਂ ਹੀ ਦਿੰਦੇ ਹੋ ਨਾ, ਪਰ ਤੁਹਾਡਾ ਜਿਹੜਾ ਜਨਮ ਦਾ ਸੰਸਕਾਰ ਹੈ ਉਹ ਕੋਈ ਹੋਰ ਹੈ, ਉਹ ਅਸੀਂ ਕਰਦੇ ਨਹੀਂ। ਨਾ ਸਾਨੂੰ ਦੱਸਿਆ ਜਾਂਦਾ ਹੈ ਤੁਹਾਡਾ ਕਸੂਰ ਨਹੀਂ, ਇਹ ਸਾਡਾ ਕਸੂਰ ਸੀ ਤੁਹਾਨੂੰ ਨਾ ਦੱਸਣ ਦਾ, ਜਿਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਕਿ ਸਾਡਾ ਜਨਮ ਸੰਸਕਾਰ ਕੀ ਹੈ। ਸਾਡਾ ਜਨਮ ਸੰਸਕਾਰ ਹੈ ਬੱਚਾ ਹੋਵੇ, ਕ੍ਰਾਂਤੀ ਨੂੰ ਬੁਲਾਇਆ ਜਾਏ, ਘਰ ਵਿੱਚ ਬਾਟਾ ਹੋਵੇ, ਉਹਦੇ 'ਚ ਪਤਾਸੇ ਪਾ ਕੇ, ਜਲ ਪਾ ਕੇ, ਕਿਰਪਾਨ ਦੀ ਨੋਕ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ, ਉਹ ਗ੍ਰੰਥੀ ਬੋਲ ਕੇ ਪਾਠ ਕਰਕੇ ਆਪਣੀ ਨਿਗਾਹ ਉਸ ਜਲ ਵਿੱਚ ਟਿਕਾ ਕੇ ਪਾਠ ਕਰੇ, ਉਹ ਅੰਮ੍ਰਿਤ ਤਿਆਰ ਕਰਕੇ ਕਿਰਪਾਨ ਦੀ ਨੋਕ ਨਾਲ ਪੰਜ ਵਾਰ ਬੱਚੇ ਦੇ ਮੂੰਹ ਵਿੱਚ ਪਾਇਆ ਜਾਏ, ਤੇ ਜਿਹੜਾ ਸਾਡਾ ਗੋਲਾ ਸਾਨੂੰ ਸਤਿਗੁਰੂ ਨੇ ਦਿੱਤਾ, ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਦੇ ਨੇਤਰਾਂ ਵਿੱਚ ਛਿੱਤੇ ਮਾਰੇ ਜਾਣ, ਉਹਦੇ ਕਪਾਲ ਵਿੱਚ ਅੰਮ੍ਰਿਤ ਪਾਇਆ ਜਾਏ, ਬੱਚਦਾ ਅੰਮ੍ਰਿਤ ਉਹਦੀ ਮਾਂ ਪੀ ਲਵੇ, ਇਹ ਸੀ ਸਾਡਾ ਜਨਮ ਸੰਸਕਾਰ ਜਿਹੜਾ ਅਸੀਂ ਕਰਦੇ ਨਹੀਂ। ਉਹ ਸਿੱਖਾਂ ਲਈ ਸਭ ਤੋਂ ਪਹਿਲੀ ਗੁਰਤੀ ਸੀ ਅੰਮ੍ਰਿਤ ਦੀ ਗੁਰਤੀ, ਉਹਦੇ ਵਿੱਚ ਜਲ ਹੈ, ਜਲ ਨਿਰਮਲ ਹੈ, ਉਹਦੇ ਵਿੱਚ ਮਿਠਾਸ ਹੈ, ਉਹਦੇ ਵਿੱਚ ਬਾਣੀ ਹੈ, ਉਹਦੇ ਵਿੱਚ ਸ਼ਾਸਤਰ ਮਿਲਿਆ ਗਿਆ ਹੈ। ਯਾਦ ਰੱਖਿਓ ਦੋ ਸ਼ਬਦ ਨੇ, ਸ਼ਸਤਰ ਤੇ ਸ਼ਾਸਤਰ। ਸ਼ਾਸਤਰ ਹੁੰਦਾ ਧਾਰਮਿਕ ਗ੍ਰੰਥ ਤੇ ਸ਼ਸਤਰ ਹੁੰਦਾ ਆ ਜਿਹੜੇ ਗੁਰੂ ਸਾਹਿਬ ਦੇ ਸਾਹਮਣੇ ਰੱਖੇ ਨੇ, ਸ਼ਸਤਰ ਦੇ ਸ਼ਾਸਤਰ ਨਹੀਂ। ਸ਼ਾਸਤਰ ਜਿਹੜਾ ਹੁੰਦਾ ਉਹ ਧਾਰਮਿਕ ਗ੍ਰੰਥਾਂ ਨੂੰ ਕਹਿੰਦੇ ਨੇ, ਤੇ ਉਹ ਸ਼ਸਤਰ ਉਹਦੇ ਵਿੱਚ ਫੇਰਿਆ ਗਿਆ। ਬੱਚਾ ਸੂਰਬੀਰ ਹੋਏਗਾ, ਬੱਚੇ ਦੇ ਜੀਵਨ ਵਿੱਚ ਮਿਠਾਸ ਹੋਏਗੀ, ਬੱਚੇ ਦੇ ਜੀਵਨ ਵਿੱਚ ਨਿਮਰਤਾ ਹੋਏਗੀ, ਬੱਚੇ ਦੇ ਜੀਵਨ ਵਿੱਚ ਨਿਰਮਲਤਾ ਹੋਏਗੀ। ਇਹ ਗੁਣ ਉਸ ਅੰਮ੍ਰਿਤ ਦੀ ਗੁਰਤੀ ਨਾਲ ਉਸ ਬੱਚੇ ਦੇ ਅੰਦਰ ਆ ਜਾਣਗੇ। ਉਹ ਸੰਸਕਾਰ ਅਸੀਂ ਕਹਿੰਦੇ ਨੇ, ਮਾਂ ਨੇ ਚੁੱਕਿਆ ਦੁੱਧ ਨਾਲ ਲਾਤਾ, ਉਹਨੇ ਦੁੱਧ ਪੀਤਾ, ਦੁੱਧ ਪੀਂਦਿਆਂ ਪੀਂਦਿਆਂ ਆਪਣਾ ਅੱਧਾ ਘੰਟਾ ਹੋਰ ਲੱਗ ਜਾਣਾ ਸ਼ਬਦ ਦੀ ਪੂਰਤੀ ਤੇ ਕਰੀਏ। ਦੁੱਧ ਪੀਂਦਿਆਂ ਪੀਂਦਿਆਂ ਉਹਦੇ ਜਿਹੜੇ ਗਿਆਨ ਇੰਦਰੇ ਵਾਹਿਗੁਰੂ ਨੇ ਦੇਖ ਕੇ ਭੇਜੇ ਸੀ, ਉਹਨੂੰ ਅੱਖਾਂ ਗਿਆਨ ਦਿੰਦੀਆਂ ਨੇ, ਅਸੀਂ ਦੇਖਦੇ ਹਾਂ ਚੀਜ਼ਾਂ ਦਾ ਗਿਆਨ ਹੁੰਦਾ, ਨਾਸਕਾ ਨਾਲ ਸੰਬੰਧੀ ਦੁਰਗੰਧੀ ਦਾ ਗਿਆਨ ਹੁੰਦਾ, ਕੰਨ ਸਾਨੂੰ ਗੱਲਾਂ ਦੁਆਰਾ ਇਹਨਾਂ ਦਾ ਗਿਆਨ ਹੁੰਦਾ, ਇਹਨਾਂ ਇਹ ਪਤਾ ਲੱਗਦਾ ਹੈ ਗਿਆਨ ਇੰਦਰੇ ਨੂੰ, ਰਸਨਾ ਦੁਆਰਾ ਪਦਾਰਥਾਂ ਦਾ ਗਿਆਨ ਹੁੰਦਾ, ਇਹ ਸਾਰੇ ਗਿਆਨ ਇੰਦਰੇ ਨੇ। ਸਕਿਨ ਰਾਹੀਂ ਸਪਰਸ਼ ਦਾ ਗਿਆਨ ਅਸੀਂ ਪ੍ਰਾਪਤ ਕਰਦੇ ਹਾਂ, ਗਿਆਨ ਇੰਦਰੇ ਕਰਮ ਇੰਦਰੇ ਸਾਨੂੰ ਵਾਹਿਗੁਰੂ ਨੇ ਦਿੱਤੇ ਨੇ, ਕਿਸੇ ਹੋਰ ਨੇ ਨਹੀਂ ਦਿੱਤੇ। ਤੋ ਇਹ ਜਦੋਂ ਸਹਿਜੇ ਸਹਿਜੇ ਉਹਦੇ ਗਿਆਨ ਇੰਦਰਿਆਂ ਨੇ ਕੰਮ ਕਰਨਾ ਸ਼ੁਰੂ ਕੀਤਾ, ਪਹਿਲਾਂ ਕਿਹੜੇ ਇੰਦਰਿਆਂ ਨੇ ਕੰਮ ਕੀਤਾ, ਜਿਹਨੂੰ ਅਸੀਂ ਨਾਸਕਾ ਕਹਿੰਦੇ ਹਾਂ, ਨਾਸਕ ਬੱਚਾ ਮਾਂ ਨੂੰ ਨਹੀਂ ਜਾਣਦਾ, ਨਾ ਉਹਨੂੰ ਪਤਾ ਲੱਗਦਾ ਮੇਰੀ ਮਾਂ ਹੈ, ਕਿਸੇ ਹੋਰ ਔਰਤ ਦੇ ਹੱਥ ਦੇ ਦੇ ਉਹਨੂੰ ਦੁੱਧ ਦੇਣ ਲੱਗ ਜੇ, ਖਿਲਾਉਣ ਲੱਗ ਜੇ, ਉਹ ਮਾਂ ਬਣ ਜਾਏਗੀ, ਉਹ ਕਿਵੇਂ ਜਾਣਦਾ? ਬੀਬੀਓ ਤੁਸੀਂ ਦੱਸ ਸਕਦੀ ਹੋ ਕਿਵੇਂ ਜਾਣਦਾ ਮਾਂ ਨੂੰ? ਜਦੋਂ ਰੋਂਦਾ ਬੱਚਾ ਕਹਿੰਦੇ ਨਾ ਮਾਂ ਨੂੰ ਫੜਾ ਦਿਓ ਚੁੱਪ ਕਰ ਜਾਏਗਾ,
ਤੇ ਮਾਂ ਜਦੋਂ ਚੁੱਕਦੀਆਂ ਚੁੱਪ ਕਰ ਜਾਂਦਾ, ਕਿਉਂ ਚੁੱਪ ਕਰ ਜਾਂਦਾ ਮੈਨੂੰ ਦੱਸ ਸਕਦੀ ਆ? ਮੇਰੀ ਗੱਲ ਦਾ ਜਵਾਬ ਦਿਓ ਪੁੱਤ, ਤੁਸੀਂ ਜਵਾਬ ਦਿਓ ਨਾ ਸਾਰੀਆਂ, ਪਤਾ ਲੱਗਦਾ ਨਹੀਂ ਪਤਾ? ਉਹ ਤਾਂ ਚੁੱਪ ਕਰ ਜਾਂਦਾ ਵੀ ਮਾਤਾ ਦੇ ਸਰੀਰ ਨਾਲ ਲੱਗਿਆ ਰਹਿਣ ਕਰਕੇ, ਜਿਹੜੀ ਹਰ ਬੰਦੇ ਦੇ ਸਰੀਰ ਵਿੱਚੋਂ ਕੋਈ ਮਹਿਕ ਆਉਂਦੀ ਹੈ, ਤੁਸੀਂ ਸੁੰਘ ਕੇ ਵੇਖ ਲਿਓ ਆਪਣਾ ਸਰੀਰ, ਇਹਦੇ ਵਿੱਚੋਂ ਵੀ ਮਹਿਕ ਆਉਂਦੀ ਹੈ। ਉਹ ਮਾਤਾ ਦੇ ਸਰੀਰ ਨਾਲ ਲੱਗਿਆ ਰਹਿੰਦਾ ਹੈ ਤੇ ਉਹ ਸਰੀਰ ਦੀ ਮਹਿਕ ਤੋਂ ਜਾਣੂ ਹੋ ਜਾਂਦਾ, ਤੇ ਜਦੋਂ ਉਹ ਦੁਖਦਾਈ ਗੱਲ ਕੋਈ ਵਾਪਰਦੀ ਹੈ ਤਾਂ ਰੋਂਦਾ ਹੈ, ਤੇ ਜਦੋਂ ਮਾਤਾ ਚੁੱਕ ਕੇ ਉਹਨੂੰ ਆਪਣੇ ਨਾਲ ਲਾਉਂਦੀ ਹੈ ਤੇ ਉਹਨੂੰ ਉਹ ਸਾਰਾ ਹੀ ਉਹ ਅੰਦਰ ਮਹਿਕ ਜਾਂਦੀ ਹੈ, ਤੇ ਉਹਨੂੰ ਪਤਾ ਲੱਗਦਾ ਵੀ ਹੁਣ ਮੈਂ ਸੇਫ ਜਗ੍ਹਾ ਤੇ ਆ ਗਿਆ, ਤਾਂ ਚੁੱਪ ਕਰ ਜਾਂਦਾ ਬੱਚੇ ਤੋਂ। ਉਹਦਾ ਇੱਕ ਗਿਆਨ ਇੰਦਰਾ ਘਰਾਣ ਇੰਦਰਾ ਕਹਿੰਦਾ ਰਿਹਾ, ਉਹਦੇ ਰਾਹੀਂ ਉਹਨੂੰ ਪਤਾ ਚੱਲ ਜਾਂਦਾ ਵੀ ਹਾਂ ਹੁਣ ਮੈਂ ਸੇਫ ਜਗ੍ਹਾ ਤੇ ਆ ਗਿਆ। ਮਾਂ ਕੋਲ ਜਾ ਕੇ ਜਦੋਂ ਉਹਨੂੰ ਉਹ ਮਹਿਕ ਆਈ, ਉਹਦੇ ਤੋਂ ਜਾਣੂ ਹੋ ਗਿਆ। ਪਰ ਉਸ ਤੋਂ ਪਹਿਲਾਂ ਉਹਨੂੰ ਜਿੱਥੋਂ ਦੁੱਧ ਮਿਲਦਾ ਹੈ ਉੱਥੋਂ ਵੀ ਉਹਨੂੰ ਮਹਿਕ ਆਉਂਦੀ ਹੈ, ਇਸ ਕਰਕੇ ਉਹ ਬੱਚਾ ਜਿਹੜਾ ਹੈ ਅਸਥਨ ਨਾਲ ਪਿਆਰ ਕਰਦਾ, ਮਾਂ ਨਾਲ ਪਿਆਰ ਨਹੀਂ ਕਰਦਾ। ਇਹ ਗੁਰੂ ਨਾਨਕ ਸਾਹਿਬ ਦਾ ਮਾਝ ਰੰਗ ਵਿੱਚ ਇੱਕ ਸ਼ਬਦ ਹੈ ਜਿਹਦੇ ਚੋਂ ਸ਼ੁਰੂ ਕਰਦੇ ਨੇ, ਪਹਿਲਾ ਪਿਆਰ ਲੱਗਾ ਥਣ ਦੁੱਧ। ਉਹਨੂੰ ਦੇਖੋ ਵੀ ਜਦੋਂ ਕਦੇ ਮਾਂ ਦੁੱਧ ਨਹੀਂ ਹੋਵੇ ਤੇ ਗੋੜੇ ਖੜਕੇ ਦੇਖੋ, ਉਹ ਛੋਟੀਆਂ ਛੋਟੀਆਂ ਬਾਹਾਂ ਤੇ ਦੁੱਧ ਨੂੰ ਬਲੋਟਰੀ ਪਾਈ ਜਾਂਦਾ ਹੁੰਦਾ, ਦੁੱਧ ਨਾਲ ਪਿਆਰ ਕਰਦਾ, ਪਿਆਰ ਦਾ ਇਜ਼ਹਾਰ ਕਰਦਾ, ਭਾਵੇਂ ਪਿਆਰ ਉਹ ਨਹੀਂ ਜਾਣਦਾ, ਦੇਖਣ ਵਾਲੇ ਨੂੰ ਲੱਗੇਗਾ ਕਿ ਦੁੱਧ ਨੂੰ ਬਲੋਟਰੀ ਪਾ ਰਿਹਾ, ਪਿਆਰ ਕਰ ਰਿਹਾ। ਪਹਿਲਾ ਪਿਆਰ ਲੱਗਾ ਥਣ ਦੁੱਧ, ਇਹ ਪਹਿਲੀ ਅਵਸਥਾ ਹੈ ਉਹਦੀ। ਦੂਜੀ ਅਵਸਥਾ ਵਿੱਚ ਜਦੋਂ ਉਹਦਾ ਸਰੀਰ ਉਹ ਈਸ਼ਵਰ ਵੱਲੋਂ ਭੇਜੀ ਹੋਈ ਖੁਰਾਕ ਜਿਹੜੀ ਦੁੱਧ ਹੈ, ਕਦੇ ਐਸਾ ਦੌਰ ਦੁਨੀਆ ਦੀ ਧਰਤੀ ਤੇ ਆਇਆ ਜਦੋਂ ਡਾਕਟਰ ਲੋਕਾਂ ਨੇ ਮਾਤਾ ਦੇ ਦੁੱਧ ਤੋਂ ਹਟਾ ਕੇ ਉਹਨੂੰ ਪਸ਼ੂਆਂ ਦੇ ਦੁੱਧ ਤੇ ਲਾ ਦਿੱਤਾ, ਪਾਊਡਰ ਦੁੱਧ ਤੇ ਵੀ ਲਓ ਇਹਨੂੰ, ਇਹ ਦਿਆ ਕਰੋ ਬੋਤਲ, ਬੋਤਲ ਜਿਸ ਮੁੱਖੇ ਦੋ ਬੋਤਲ ਨਾਲ ਦੁੱਧ ਦੇਣ ਲੱਗ ਪਏ ਲੋਕ, ਅੱਜ ਵੀ ਦਿੰਦੇ ਨੇ। ਉਹਦੇ ਨਾਲ ਕੀ ਫਰਕ ਪਿਆ ਉਹਦੇ ਜੀਵਨ ਤੇ, ਅਸੀਂ ਕਦੇ ਸੋਚਿਆ ਨਹੀਂ ਇਹਨਾਂ ਗੱਲਾਂ ਨੇ। ਜਿਹੜਾ ਪਿਆਰ ਉਹਦਾ ਮਾਤਾ ਪਿਤਾ ਨਾਲ ਹੋਣਾ ਸੀ ਉਹਦੀਆਂ ਜੜ੍ਹਾਂ ਕੱਟੀਆਂ ਗਈਆਂ, ਉਹਦੀ ਬਿਰਤੀ ਪਸ਼ੂਆਂ ਵਾਲੀ ਹੋ ਗਈ। ਜਿਵੇਂ ਪਸ਼ੂ ਮਾਂ ਬਾਪ ਨਾਲ ਪਿਆਰ ਨਹੀਂ ਨਾ ਕਰਦੇ, ਪਸ਼ੂਆਂ ਵਾਲੀ ਬਿਰਤੀ ਹੋ ਗਈ, ਮਾਤਾ ਪਿਤਾ ਨਾਲ ਉਹ ਸੰਬੰਧ ਟੁੱਟ ਗਿਆ। ਅੱਜ ਤੋਂ 80-90 ਸਾਲ ਪਿੱਛੇ ਚਲੇ ਜਾਓ, ਉਦੋਂ ਵੀ ਮਾਂ ਬਾਪ ਨਾਲ ਪਿਆਰ ਨਹੀਂ ਸੀ, ਉਦੋਂ ਭਰਾਵਾਂ ਦਾ ਪਿਆਰ ਕਿੰਨਾ ਹੁੰਦਾ ਸੀ, ਅੱਜ ਭਰਾਵਾਂ ਦਾ ਕਿੰਨਾ ਪਿਆਰ ਹੈ, ਫਰਕ ਪਿਆ ਕਿ ਨਹੀਂ ਪਿਆ? ਅੱਜ ਫੈਮਿਲੀ ਦਾ ਆਪਸ ਵਿੱਚ ਕਿੰਨਾ ਪਿਆਰ ਹੈ, ਫਰਕ ਪਿਆ ਕਿ ਨਹੀਂ ਪਿਆ? ਦਿਨ ਰਾਤ ਦਾ ਅੰਤਰ ਹੋ ਗਿਆ, ਅਸੀਂ ਨਹੀਂ ਸੋਚਿਆ ਕਿਉਂ ਪੈ ਗਿਆ। ਪਿਆਰ ਦੇ ਬੂਟੇ ਦੀਆਂ ਜੜ੍ਹਾਂ ਕੱਟੀਆਂ ਗਈਆਂ ਦੂਜਾ ਦੁੱਧ ਪੀਣ ਨਾਲ, ਮਾਂ ਦਾ ਦੁੱਧ ਨਹੀਂ ਪੀਤਾ। ਸਹਿਜੇ ਸਹਿਜੇ ਡਾਕਟਰ ਉਸੇ ਗੱਲ ਤੇ ਆ ਗਏ ਕਿ ਮਾਂ ਦਾ ਦੁੱਧ ਇਹਨੂੰ ਦਿੱਤਾ ਜਾਵੇ, ਪਰ ਇੱਥੋਂ ਤੱਕ ਡਾਕਟਰਾਂ ਨੇ ਕਹਿ ਦਿੱਤਾ ਕਿ ਪਹਿਲਾ ਦੁੱਧ ਜਿਹਨੂੰ ਅਸੀਂ ਬੌੜੀ ਕਹਿੰਦੇ ਹਾਂ, ਪਸ਼ੂਆਂ ਦੀ ਬੌੜੀ ਨੂੰ ਕਹਿੰਦੇ ਹਾਂ ਬੌੜੀ,
ਲੋਕ ਕਹਿੰਦੇ ਨੇ ਡਾਕਟਰ ਕਹਿੰਦੇ ਸਭ ਤੋਂ ਜ਼ਿਆਦਾ ਤਾਕਤਵਰ ਹੁੰਦੀ ਆ, ਉਹ ਡਾਕਟਰ ਫੋਰਸ ਕਰਦੇ ਨੇ ਮਾਵਾਂ ਨੂੰ ਵੀ ਬੱਚੇ ਨੂੰ ਜਿਹੜਾ ਤੁਹਾਡਾ ਪਹਿਲਾਂ ਪੀਲਾ ਦੁੱਧ ਆ ਬੱਚੇ ਨੂੰ ਪਹਿਲਾਂ ਜ਼ਰੂਰ ਪਿਆਓ, ਮਾਂ ਪਿਆ ਲਓ, ਉਹਦੇ ਨਾਲ ਬੱਚੇ ਦੇ ਜੀਵਨ ਵਿੱਚ ਤਾਕਤ ਆਉਂਦੀ। ਪੁਰਾਣੇ ਸਮੇਂ ਵਿੱਚ ਚਾਰ ਚਾਰ ਪੰਜ ਪੰਜ ਸਾਲ ਛੇ ਛੇ ਸਾਲ ਦੇ ਬੱਚੇ ਵੀ ਮਾਵਾਂ ਦਾ ਦੁੱਧ ਪੀਂਦੇ ਸੀ, ਅੱਜ ਮਾਵਾਂ ਦੁੱਧ ਨਹੀਂ ਪੀਂਦੇ। ਅੱਜ ਮਾਵਾਂ ਦੀ ਕੋਸ਼ਿਸ਼ ਹੁੰਦੀ ਨਹੀਂ ਛੇਤੀ ਤੋਂ ਛੇਤੀ ਮਗਰ ਦੁੱਧ ਪੀਵੇ, ਤੇ ਸੱਤ ਸੱਤ ਅੱਠ ਅੱਠ ਸਾਲ ਦੇ ਬੱਚੇ ਵੀ ਮੈਂ ਲੋਕਾਂ ਦੇ ਘਰਾਂ 'ਚ ਜਾਂਦਾ ਬੋਤਲ ਲੈ ਕੇ ਦੁੱਧ ਪੀ ਰਹੇ ਸੀ। ਉਹਨਾਂ ਨੂੰ ਅਸੀਂ ਇਹ ਨਹੀਂ ਸਿਖਾਉਂਦੇ ਕਿ ਨਹੀਂ ਹੁਣ ਨਹੀਂ, ਹੁਣ ਤੁਸੀਂ ਵੱਡੇ ਹੋ ਗਏ ਹੋ, ਬੋਤਲ ਨਾਲ ਨਹੀਂ ਪੀਣਾ, ਹੁਣ ਗਲਾਸ ਵਿੱਚ ਪਾਓ ਤੇ ਪੀਓ ਇਹ ਹੀ ਦੁੱਧ। ਅਸੀਂ ਨਹੀਂ ਸਿਖਾਉਂਦੇ ਉਹਨਾਂ ਨੂੰ, ਫਿਰ ਵੀ ਮਾਂ ਬੜਾ ਸੋਹਣਾ ਉਹਨੂੰ ਬੋਤਲ 'ਚ ਪਾ ਕੇ ਦਿੰਦੀ ਲੈ ਪੀ। ਕਦੇ ਐਸਾ ਹੁੰਦਾ ਸੀ ਅਸੀਂ ਸ਼ਬਦ ਵਰਤਦੇ ਸਰ, ਤੂੰ ਦੁੱਧ ਵਿੱਚੋਂ ਚੁੰਮਦਾ ਬੱਚਾ ਥੋੜ੍ਹਾ ਹੈਗਾ, ਤੂੰ ਵੱਡਾ ਹੋ ਗਿਆ, ਅੱਜ ਵੱਡੇ ਵੱਡੇ ਦੁੱਧ ਚੁੰਮਦੇ ਬੱਚੇ ਬਣ ਗਏ। ਗੁਰੂ ਸਾਹਿਬ ਕਹਿੰਦੇ ਬੱਚੇ ਦੇ ਇਨਸਾਨ ਦੇ ਜੀਵਨ ਵਿੱਚ ਪਹਿਲਾ ਪਿਆਰ ਮਾਤਾ ਦੇ ਅਸਥਨ ਨਾਲ ਪਿਆ, ਪਹਿਲਾ ਪਿਆਰ ਲੱਗਾ ਤਾਣ ਦੁੱਧ। ਇਹ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਹੈ। ਦੂਜੀ ਅਵਸਥਾ ਵਿੱਚ ਜਦੋਂ ਉਹਦੇ ਗਿਆਨ ਇੰਦਰੇ ਕੰਮ ਕਰਨ ਲੱਗ ਗਏ, ਅੱਖਾਂ ਕੰਮ ਕਰਨ ਲੱਗ ਗਈਆਂ, ਕੰਨ ਕੰਮ ਕਰਨ ਲੱਗ ਪਏ, ਉਹਨੂੰ ਉਹਦਾ ਨਾਂ ਰੱਖ ਦਿੱਤਾ ਗਿਆ, ਉਹਨੂੰ ਨਾਂ ਲੈ ਕੇ ਆਵਾਜ਼ ਮਾਰੀ ਦੀ ਚੱਕ ਦੇਖਦਾ, ਉਹਨੂੰ ਮਾਤਾ ਤੇ ਪਿਤਾ ਦੀ ਸੋਝੀ ਹੋ ਗਈ, ਦੂਜਾ ਮਾਏ ਬਾਪ ਕੀ ਸੋਧ ਹੋ ਗਈ। ਤੀਜੀ ਅਵਸਥਾ ਆ ਗਈ ਉਹ ਪਰਿਵਾਰ ਦੇ ਮੈਂਬਰਾਂ ਨੂੰ, ਸਤਿਗੁਰੂ ਕਹਿੰਦੇ ਭਈਆ ਭਾਬੀ ਦੇ ਭਈਆ ਭਰਾ ਭਾਬੀ ਭਰਜਾਈਆਂ ਅਤੇ ਬੇਬ ਬੇਬੇ ਭੈਣਾਂ ਉਹਨਾਂ ਨੂੰ ਪਹਿਚਾਨਣ ਲੱਗ ਗਿਆ, ਉਹਦੀ ਜਾਣ ਪਛਾਣ ਦਾ ਦਾਇਰਾ ਵੱਧ ਗਿਆ, ਉਹਦਾ ਦਿਮਾਗ ਡਿਵੈਲਪ ਹੋ ਗਿਆ, ਉਹ ਸਮਝਣ ਲੱਗ ਪਿਆ ਕਿ ਇਹ ਪਰਿਵਾਰ ਸਾਡਾ ਹੈ। ਤੀਜਾ ਹੈ ਭਈਆ ਭਾਬੀ ਬੇਬ, ਚੌਥਾ ਹੈ ਪਿਆਰ ਉਪੰਨੀ ਖੇਡ। ਮਾਂ ਬਾਪ ਨੇ ਜੇ ਰੋਂਦਾ ਤਾਂ ਮਾਂ ਕਹਿੰਦੀ ਖਿਲਾਉਣੇ ਲਿਆ ਦਿਓ, ਪਰ ਸਾਡੇ ਸਮਿਆਂ ਵਿੱਚ ਤਾਂ ਇੰਨੇ ਖਿਡੌਣੇ ਹੈ ਨਹੀਂ ਸੀ ਭਾਈ, ਪਿੰਡਾਂ ਵਿੱਚ ਸਾਡੇ ਕੀ ਕਰਦੇ, ਲੱਕੜੀਆਂ ਲੈ ਕੇ ਲੱਕੜੀਆਂ ਲੰਬੀ ਲਾ ਦਿੰਦੇ, ਉਹਦੇ ਅੱਗੇ ਪਹੀਆ ਲਾ ਦਿੰਦੇ ਤੇ ਦੋ ਲੱਕੜੀਆਂ ਅੱਗੇ ਟੈਲ ਲਾ ਕੇ ਇੱਕ ਪਹੀਆ ਇੱਧਰ ਲਾਤਾ ਤੇ ਇੱਕ ਇੱਧਰ ਲਾਤਾ, ਉਹਦੇ ਨਾਲੇ ਦੋ ਡੰਡੇ ਖੜੇ ਕਰਤੇ ਉੱਪਰ ਇੱਕ ਡੰਡਾ ਪਾਤਾ, ਉਹਨੂੰ ਪਿੰਡਾਂ 'ਚ ਗਡੀਰਾ ਕਹਿੰਦੇ ਸਨ, ਗਡੀਰਾ ਉਹ ਬੱਚੇ ਨੂੰ ਦੇ ਦਿੰਦੇ, ਉਹਦਾ ਵੀ ਫਾਇਦਾ ਸੀ। ਅਸੀਂ ਲੋਕਾਂ ਨੂੰ ਗਡੀਰਿਆਂ ਨਾਲ ਹੀ ਤੁਰ ਸਿੱਖੇ ਲਿਆ, ਅੱਜ ਉਹ ਸਾਰਾ ਕੁਝ ਬਦਲ ਗਿਆ, ਅੱਜ ਡਾਕਟਰਾਂ ਨੇ ਦੇ ਦਿੱਤੇ ਮਾਕਰ ਕਹਿੰਦੇ ਨੇ, ਜਿਹਦੇ ਆਲੇ ਦੁਆਲੇ ਉਹਦੇ ਵੀ ਪਹੀਆਂ ਲੱਗੇ ਨੇ, ਉਹਦੇ ਸ਼ੇਪ ਬਦਲ ਗਈ, ਉਹਦੇ ਉੱਤੇ ਉਹਨਾਂ ਨੇ ਇੱਕ ਬਣਾਤਾ ਜਿਹਦੇ ਵਿੱਚ ਉਹਦੀਆਂ ਲੱਤਾਂ ਕੱਢ ਦਿੱਤੀਆਂ ਜਾਣ ਵੀ ਉਹ ਡਿੱਗੇ ਦਾ, ਉਹਦੇ ਹੱਥ ਪਾਉਣ ਦੀ ਜਗ੍ਹਾ ਬਣਾਤੀ, ਉਹਦੀਆਂ ਲੱਤਾਂ ਕੱਢ ਦਿੱਤੀਆਂ, ਭਾਵੇਂ ਧਰਤੀ ਦੇ ਉਹਦੇ ਪਾਪ ਵੀ ਲੱਗਦੇ ਤੇ, ਪਰ ਉਹ ਤੁਰਿਆ ਫਿਰਦਾ ਉਹਨੂੰ ਲੈ ਕੇ ਡਿੱਗਦਾ ਨਹੀਂ। ਉਹ ਸੋਚਦਾ ਮੈਂ ਚੱਲਣ ਲੱਗ ਗਿਆ, ਪਰ ਇੱਕ ਗੱਲ ਜਿਹੜੀ ਉਹਦਾ ਨੁਕਸਾਨ ਹੁੰਦਾ ਉਹ ਸਾਨੂੰ ਪਤਾ ਨਹੀਂ, ਉਹਦਾ ਜਿਹੜਾ ਲੱਤਾਂ ਦਾ ਨਰਵਸ ਸਿਸਟਮ ਹੁੰਦਾ ਬਹੁਤ ਨਰਮ ਹੋਣ ਕਰਕੇ ਉਹ ਵੀਕ ਹੋ ਜਾਂਦਾ ਉਹਦੇ ਨਾਲ। ਜਦੋਂ ਡਾਕਟਰਾਂ ਨੇ ਸਹਿਜੇ ਸਹਿਜੇ ਫੋਨ ਕੀਤੀ ਕਹਿੰਦੇ ਵਾਕਰ ਬੰਦ ਕਰ ਦਿਓ, ਵਾਕਰ ਨਾ ਦਿਓ ਤੁਹਾਨੂੰ, ਕੰਪਨੀਆਂ ਸਾਨੂੰ ਵੇਚਦੀਆਂ ਨੇ, ਡਾਕਟਰਾਂ ਨੂੰ ਬਹਿ ਦਿੰਦੀਆਂ ਨੇ ਸਾਨੂੰ, ਅਸੀਂ ਵੇਚਦੀਆਂ ਉਹ ਅਸੀਂ ਉਹ ਚੀਜ਼ਾਂ ਖਰੀਦਦੇ ਹਾਂ ਕਿਉਂਕਿ ਸਾਨੂੰ ਤਾਂ ਇੰਨਾ ਗਿਆਨ ਹੁੰਦਾ ਨਹੀਂ। ਅਸੀਂ ਕਹਿੰਦੇ ਬੱਚੇ ਦੇ ਤੁਰਨ ਵਿੱਚ ਸਹਾਈ ਹੋਏਗਾ, ਨਹੀਂ ਨਾ ਤੁਰਿਆ ਬੱਚਾ, ਤੁਹਾਨੂੰ ਉਂਗਲੀਆਂ ਨਾਲ ਫੜ ਕੇ ਤੋਰ।
ਸਾਲ ਵਿੱਚ ਸਾਲ ਦੇ 12 ਮਹੀਨੇ ਹੁੰਦੇ ਨੇ, 12 ਮਹੀਨਿਆਂ ਵਿੱਚ 12 ਤੋਂ ਬਾਅਦ 13 ਮਹੀਨਿਆਂ ਵਿੱਚ ਬੱਚਾ ਸਹੀ ਧੁਨ ਵਿੱਚ ਲੱਗ ਜਾਂਦਾ। ਲੜਕੀਆਂ 11 ਤੋਂ 11.5 ਮਹੀਨਿਆਂ ਵਿੱਚ ਤੁਰਦੀਆਂ ਨੇ, ਲੜਕੇ ਉੱਪਰ 1.5 ਤੁਰਦੇ ਨੇ। ਤੁਹਾਨੂੰ ਜਦੋਂ ਉਹ ਐਡੀ ਵੱਡੀ ਮਤਲਬ ਐਡਾ ਵੱਡਾ ਉਹਦਾ ਸਰੀਰ ਹੋ ਜਾਂਦਾ ਹੈ, ਤੇ ਚੌਥਾ ਭਈਆ ਭਾਬੀ ਦੇਵ, ਪੰਜਵੇਂ ਪਿਆਰ ਉਪਰਨੀ ਖੇਡ, ਤੀਜਾ ਭਈਆ ਭਾਬੀ ਦੇਵ, ਚੌਥਾ ਪਿਆਰ ਉਪਰਨੀ ਖੇਡ। ਫਿਰ ਉਹਨੂੰ ਖਿਲਾਉਣੇ ਜਾ ਕੇ ਦੇਖਤੇ, ਮਾਂ ਕਹਿੰਦੀ ਰੋਵੇ ਨਾ, ਖਿਲਾਉਣੇ ਦਾ ਢੇਰ ਲਾ ਦਿੱਤਾ ਉਹਦੇ ਅੱਗੇ, ਉਹਨੇ ਪਚ ਗਿਆ। ਯਾਦ ਰੱਖਿਓ ਖਿਲਾਉਣੇ ਉਹਦੇ ਅੰਦਰ ਚਲੇ ਜਾਂਦੇ ਨੇ, ਖਿਲਾਉਣੇ ਵੀ ਅਲੱਗ ਅਲੱਗ ਤਰ੍ਹਾਂ ਦੇ ਨੇ। ਲੜਕਿਆਂ ਨੂੰ ਅਸੀਂ ਬੰਦੂਕਾਂ ਲਿਆ ਕੇ ਦਿੰਦੇ ਹਾਂ, ਅਸੀਂ ਕਦੇ ਸੋਚਿਆ ਨਹੀਂ ਕਿ ਅਸੀਂ ਇਹਨੂੰ ਜੰਮਦੇ ਨੂੰ ਗਲਤ ਰਸਤੇ ਤੇ ਪਾ ਰਹੇ ਹਾਂ। ਇਹਦੇ ਮਨ ਵਿੱਚ ਅੱਜ ਇਹ ਬੰਦੂਕ ਨਿਕਲੀ ਹੈ, ਤੁਹਾਨੂੰ ਅਸਲੀ ਹੋ ਜਾਏਗੀ। ਲੜਕੀਆਂ ਨੂੰ ਅਸੀਂ ਕੀ ਖਿਲਾਉਣੇ ਲਿਆ ਕੇ ਦਿੰਦੇ ਹਾਂ, ਜਦੋਂ ਵੱਡੀਆਂ ਹੋ ਜਾਂਦੀਆਂ ਨੇ, ਡਾਕਟਰੀ ਦਾ ਸਮਾਨ ਲੈ ਜਾਓ, ਬਾਕਸ ਜਿਹਾ ਹੁੰਦਾ ਉਹਦੇ 'ਚ ਕੰਨਾਂ ਨੂੰ ਲਾਉਣ ਵਾਲੇ ਜਿਹੜੇ ਉਹਦੇ ਨੇ ਸਟੈਥੋਸਕੋਪ ਜਿਹਦੇ ਨਾਲ ਚੈੱਕ ਕਰਦੇ ਨੇ, ਉਹ ਖਿਲਾਉਣੇ ਲੜਕੀਆਂ ਦੇ ਹੁੰਦੇ ਨੇ। ਇਸੇ ਕਰਕੇ ਲੜਕੀਆਂ ਜ਼ਿਆਦਾ ਡਾਕਟਰ ਮਰਦੀਆਂ ਨੇ ਲੜਕੇ ਨਾਲ। ਇਹ ਗੱਲਾਂ ਬਿਨਾਂ ਸੋਚੇ ਬਿਨਾਂ ਸਮਝੇ ਅਸੀਂ ਲੋਕ ਕਰਦੇ ਹਾਂ। ਬੱਚੇ ਨੂੰ ਰਿਵਾਲਵਰ ਲਿਆ ਦਿਓ, ਗੰਨਾ ਲਿਆ ਦਿਓ, 1-47 ਲਿਆ ਦਿਓ, ਉਹਨਾਂ ਨੇ ਉਦਾਂ ਦੇ ਖਿਡੌਣੇ ਬਣਾ ਦਿੱਤੇ। ਉਹ ਫਿਰ ਲੈ ਕੇ ਕੀ ਕਰਦਾ, ਪਿਤਾ ਵਾਲੀ ਸਿੱਧੀ ਕਰ ਲੈਂਦਾ, ਨਕਲੀ ਆ ਨਾ ਭਾਵੇਂ। ਪਰ ਉਹਦੇ ਜੇਨ ਵਿੱਚ ਇਹ ਗੱਲ ਚਲੀ ਜਾਂਦੀ ਹੈ ਕਿ ਇਹਦੇ ਨਾਲ ਗੋਲੀ ਮਾਰੀ ਜਾ ਸਕਦੀ ਹੈ। ਮੈਂ ਉਹਨਾਂ ਦਾ ਵੀ ਆਇਆ, ਉਹ ਸਾਰਾ ਕੁਝ ਉਹਨਾਂ ਦੇ ਪਰਿਵਾਰ 'ਚ ਮੈਂ ਹੀ ਦੇਖਿਆ ਇੱਕ ਲੜਕਾ ਉਹਨਾਂ ਦਾ, ਅਤੇ ਉਹਨੂੰ ਬੋਲਣਾ ਨਹੀਂ ਆਉਂਦਾ। ਅਸੀਂ ਲੋਕ ਬੈਠੇ ਸਾਂ, ਆਪਣੇ ਪਿਤਾ ਨੂੰ ਕਹਿੰਦਾ ਨਾ ਗੋਲੀ ਮਾਰਨੇ ਨਹੀਂ ਦਿੰਦੇ, ਨਕਲੀ ਬੰਦੂਕ ਪਿਤਾ ਵਾਲੀ ਸਿੱਧੀ ਕਰ ਲਈ, ਤੇ ਤੈਨੂੰ ਗੋਲੀ ਮਾਰ ਦੇਣੀ। ਮੈਂ ਫਿਰ ਉਹਨੂੰ ਸਮਝਾਇਆ, ਮੈਂ ਕਿਹਾ ਬਈ ਮਨਪ੍ਰੀਤ, ਇਹਦਾ ਕਸੂਰ ਨਹੀਂ, ਇਹ ਤੁਹਾਡਾ ਕਸੂਰ। ਇਹਨੂੰ ਤੁਸੀਂ ਪੁਸਤਕਾਂ ਲਿਆ ਕੇ ਦੇ ਸਕਦੇ ਸੀ ਸਾਇੰਸ ਦੀਆਂ, ਇਹਨੂੰ ਤੁਸੀਂ ਵਿਗਿਆਨ ਦੇ ਖਿਲਾਉਣੇ ਲਿਆ ਕੇ ਦੇ ਸਕਦੇ ਸੀ, ਪਰ ਉਹ ਲੋਕ ਜਿਨ੍ਹਾਂ ਦੇ ਬੱਚੇ ਵਿਗਿਆਨੀ ਬਣਦੇ ਨੇ, ਉਹ ਕਦੇ ਬੰਦੂਕਾਂ ਲਿਆ ਕੇ ਆਪਣੇ ਬੱਚਿਆਂ ਨੂੰ ਨਹੀਂ ਦਿੰਦੇ। ਅਸੀਂ ਬਿਨਾਂ ਸੋਚੇ ਬਿਨਾਂ ਸਮਝੇ, ਸਾਡੀ ਸੁਰਤ ਐਸੀ ਹੈ ਕਿ ਆਪਣੇ ਬੱਚਿਆਂ ਨੂੰ ਕਿਉਂ ਖਿਡੌਣੇ ਲੈ ਕੇ ਉਧਰ ਨੇ ਰਸਤੇ 'ਚ ਤੋਰ ਦਿੰਦੇ ਹਾਂ ਬਚਪਨ ਤੋਂ ਹੀ। ਕਦੇ ਸਾਡੇ ਬੱਚੇ ਸਾਇੰਟਿਸਟ ਨਹੀਂ ਬਣ ਸਕਦੇ, ਕਿਉਂਕਿ ਅਸੀਂ ਉਹਨਾਂ ਨੂੰ ਉਸ ਰਸਤੇ 'ਤੇ ਤੋਰਿਆ ਨਹੀਂ। ਵਿਗਿਆਨੀ ਨਹੀਂ ਬਣ ਸਕਦੇ, ਸਾਡੇ ਬੱਚੇ ਇੰਜੀਨੀਅਰ ਬਣ ਨਹੀਂ ਸਕਦੇ, ਅਸੀਂ ਉਹਨਾਂ ਨੂੰ ਉਹ ਖਿਡੌਣੇ ਨਹੀਂ ਲੈ ਕੇ ਦਿੱਤੇ। ਇਹਨਾਂ ਨਾਲ ਉਚਾਰ ਬਣਾਉਣਾ ਸਿੱਖ ਜਾਂਦੇ, ਦੌੜਨਾ ਸਿੱਖ ਜਾਂਦੇ, ਗੱਡੀ ਬਣਾਉਣੀ ਸਿੱਖ ਜਾਂਦੇ। ਅੱਜ ਤਾਂ ਸਭ ਕੁਝ ਮਿਲਦਾ ਹੈਗਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਚੌਥਾ ਪਿਆਰ ਉਪਰਨੀ ਖੇਡ। ਹੁਣ ਪਿੰਡਾਂ ਵਿੱਚ ਬਾਹਰ ਜਾ ਕੇ ਬੱਚਿਆਂ ਨਾਲ ਖੇਡਣ ਲੱਗ ਪਿਆ, ਉੱਥੇ ਲੜਾਈ ਹੋ ਗਈ, ਇੱਕ ਦੂਜੇ ਨਾਲ ਝਗੜ ਪਏ, ਉਹ ਜਗ੍ਹਾ ਕੱਪੜੇ ਪਾਟ ਕੇ ਸੁਨਮੁਖੀ ਹੋਏ, ਤੇ ਨਾਰਦਿਆਂ ਨੇ ਕਿਹਾ ਘਿਓ ਖਾਇਆ ਕਰ, ਘਿਓ ਤਾਂ ਹੀ ਤਕੜਾ ਹੋਏਗਾ, ਇਹਦਾ ਘਿਓ ਖਾਂਦਾ ਜਿਹੜਾ ਤੇਰੇ ਨਾਲ ਲੜਿਆ ਤਾਂ ਢਾਲਿਆ ਤੇਰੇ ਨਾਲ। ਜਦੋਂ ਇਹਨੇ ਇਹ ਗੱਲ ਸੁਣੀ ਵੀ ਤਾਕਤ ਤਾਂ ਹੈ ਨਹੀਂ ਮੇਰੇ 'ਚ, ਤਾਕਤ ਘੱਟ ਹੈ, ਤੇ ਮਹਾਰਾਜ ਪਾਤਸ਼ਾਹ ਕਹਿੰਦੇ ਇਹਦੀ ਸੋਚ ਜਿਹੜੀ ਸੀ ਇਹ ਖਾਣ ਪੀਣ ਵੱਲ ਚਲੀ ਗਈ। ਪੰਜਵੇਂ ਖਾਣ ਪੀਣ ਤਾਤ, ਤਾਤ ਦੇ ਦੋ ਅਰਥ ਨੇ, ਇੱਕ ਤਾਤ ਦਾ ਅਰਥ ਹੈ ਧਾਵਣਾ ਦੌੜਨਾ, ਤਾਤ ਧਾਵਣਾ ਦੌੜਨਾ, ਇੱਕ ਹੁੰਦੀ ਹੈ ਧਾਤ ਦਾ ਅਰਥ ਹੈ ਧਾਤ ਜਿਹਨੂੰ ਆਦਤ ਕਹਿੰਦੇ ਨੇ, ਖਾਣ ਪੀਣ ਦੀ ਆਦਤ ਪੈ ਗਈ।
ਖਾਣਾ ਪੀਣਾ ਤਕੜਾ ਪੈਂਦਾ। ਉਹ ਜਦੋਂ ਜੋ ਖਾਧਾ ਪੀਤਾ ਸਾਡੇ ਸਰੀਰ ਦਾ, ਉਹ ਸਾਡੇ ਸਰੀਰ ਵਿੱਚ ਜਾ ਕੇ ਸ਼ਕਤੀ ਪੈਦਾ ਕਰਦਾ, ਯਾਦ ਰੱਖਣਾ। ਉਹ ਜਿਹੜੀ ਸ਼ਕਤੀ ਪੈਦਾ ਹੋਈ ਹੈ ਉਹ ਕਿਸੇ ਪਾਸੇ ਤਾਂ ਜਾਏਗੀ, ਅਸੀਂ ਕਦੇ ਸੋਚਿਆ ਹੀ ਨਹੀਂ ਵੀ ਸ਼ਕਤੀ ਸਾਨੂੰ ਲੈ ਕੇ ਜਾਂਦੀ ਹੈ। ਜੇ ਉਹ ਸ਼ਕਤੀ ਅਸੀਂ ਉੱਪਰ ਨੂੰ ਲੈ ਕੇ ਜਾਵਾਂਗੇ ਤਾਂ ਜ਼ੋਰ ਲੱਗੇਗਾ, ਉਸ ਜਗ੍ਹਾ 'ਤੇ ਜਾਣਾ ਪਏਗਾ, ਉਹ ਜਿਹੀ ਸੰਗਤ ਤਿਆਰ ਕਰਨੀ ਪਏਗੀ, ਸਾਨੂੰ ਉਹਨਾਂ ਨੇ ਬਣਨਾ ਪਏਗਾ, ਸੇਵਾ ਅਤੇ ਸਿਮਰਨ ਨਾਲ ਜੁੜਨਾ ਪਏਗਾ, ਕਿਉਂਕਿ ਅਸੀਂ ਉਸ ਸ਼ਕਤੀ ਦੁਆਰਾ ਕਿਤੇ ਉੱਚਾ ਪਹੁੰਚਣਾ ਚਾਹੁੰਦੇ। ਤੇ ਜੇ ਉਹ ਸ਼ਕਤੀ ਨੂੰ ਅਸੀਂ ਨਾ ਸਮਝਿਆ ਉਹ ਸੰਸਾਰ ਦੇ ਵੇਗ ਵਿੱਚ ਬਹਿ ਜਾਏਗੀ ਤੇ ਸਾਨੂੰ ਗ੍ਰਾਮਟ ਵੱਲ ਬਹਿ ਜਾਏਗੀ, ਨੀਵੇਂ ਚਲੇ ਜਾਵਾਂਗੇ। ਉਹਨੂੰ ਧਰਮ ਗ੍ਰੰਥਾਂ ਵਿੱਚ ਊਰਜਾ ਵੀ ਲਿਖਿਆ, ਸ਼ਕਤੀ ਹੈ, ਊਰਜਾ ਦਾ ਮਤਲਬ ਹੈ ਸ਼ਕਤੀ। ਅਸੀਂ ਉਸ ਸ਼ਕਤੀ ਨੂੰ ਸੰਭਾਲਿਆ ਨਹੀਂ ਤੇ ਫਿਰ ਹੋਇਆ ਕਿ ਪੰਜਵੇਂ ਖਾਣ ਪੀਣ ਦੀ ਦਾਤ, ਜਦੋਂ ਉਹ ਸ਼ਕਤੀ ਨੇ ਸਾਡੇ ਅੰਦਰ ਕਾਮਨਾ ਪੈਦਾ ਕਰ ਦਿੱਤੀਆਂ, ਅਸੀਂ ਕਾਮੀ ਹੋ ਗਏ, ਜਿਹਨੂੰ ਇੰਗਲਿਸ਼ ਭਾਸ਼ਾ ਵਿੱਚ ਤੁਸੀਂ ਸੈਕਸੀ ਕਹਿੰਦੇ ਹੋ। ਛੇਵੇਂ ਕਾਮ ਨਾ ਪੁੱਛੇ ਜਾਤ, ਅਖਲਾਕ ਤੋਂ ਗਿਰ ਗਈ, ਅਖਲਾਕ ਵਾਲਾ ਨਹੀਂ ਰਿਹਾ, ਆਪਣੀ ਪਦਤੀ ਤੋਂ ਥੱਲੇ ਡਿੱਗ ਪਿਆ। ਜੇ ਨਾਮ ਨਾਲ ਜੁੜ ਜਾਂਦਾ ਤਾਂ ਉਹ ਸੁਰ ਦੁਆਰਾ ਉੱਚਾ ਵੀ ਜਾਇਆ ਜਾ ਸਕਦਾ ਸੀ, ਪਰ ਇਹ ਜੁੜਿਆ ਨਹੀਂ, ਇਸ ਕਰਕੇ ਗ੍ਰਾਮਟ ਵੱਲ ਆ ਗਿਆ। ਛੇਵੇਂ ਕੰਮ ਨਾ ਪੁੱਛਿਆ ਜਾਤ, ਯਾਦ ਰੱਖਿਓ ਇਹ ਦੋ ਚੀਜ਼ਾਂ ਜਿਹੜੀਆਂ ਸਰੀਰ ਦਾ ਨਾਸ ਕਰਦੀਆਂ ਨੇ, ਇਹਦੇ ਲਈ ਗੁਰੂ ਸਾਹਿਬ ਨੇ ਬਾਣੀ ਚ ਬਚਨ ਕਹੇ ਨੇ ਕਿ ਕਾਮ ਕ੍ਰੋਧ ਕਾਇਆ ਤੋਂ ਗੱਲ ਹੈ, ਗੱਲ ਹੈ, ਗਾਲਾ ਸਮਝਦੇ ਬਣ ਗਈ, ਇਹ ਕਾਇਆ ਨੂੰ ਗਾਲ ਦਿੰਦੇ ਨੇ। ਜਿਵੇਂ ਤੁਸੀਂ ਕੋਈ ਫਰੂਟ ਲਿਆ ਕੇ ਰੱਖਦੇ ਹੋ ਨਾ ਘਰ ਵਿੱਚ ਤੇ ਕੁਝ ਦਿਨ ਨਾ ਖਾਓ ਤੇ ਮੁੜ ਕੇ ਤੁਸੀਂ ਦੇਖ ਦਿੰਦੇ ਹੋ ਕਿਲ ਕਿਲਾ ਹੋ ਗਿਆ, ਤੁਸੀਂ ਕਹਿੰਦੇ ਖਾਣ ਦੇ ਕੰਮ ਨਹੀਂ ਰਿਹਾ, ਗਲ ਗਿਆ, ਸਬਜ਼ੀ ਗਲ ਗਈ, ਕੇਲੇ ਗਲ ਗਏ, ਕਹਿੰਦੇ ਹੋ ਨਾ ਇਵੇਂ ਹੀ ਇਹ ਕਾਇਆ ਵੀ ਗਲ ਜਾਂਦੀ ਹੈ। ਇਹਨੂੰ ਗਾਲਦਾ ਕੌਣ ਹੈ? ਕਾਮ ਕ੍ਰੋਧ ਕਾਇਆ ਕੌ ਗੱਲ ਹੈ, ਕਾਇਆ ਨੂੰ ਗਾਲ ਦਿੰਦੇ ਨੇ ਕਾਮ ਤੇ ਕ੍ਰੋਧ। ਹੁਣ ਕ੍ਰੋਧ ਕਿਵੇਂ ਗਾਲਦਾ? ਮੈਂ ਪਿੱਛੇ ਦੱਸ ਗਿਆ ਨਾ ਤੁਹਾਨੂੰ ਕਿ ਕ੍ਰੋਧ ਅੱਗ ਹੈ, ਅੱਗ ਕੀ ਕਰਦੀ ਹੈ? ਸਾੜਦੀ ਹੈ। ਤੁਸੀਂ ਕਿਸੇ ਕੜਾਹੀ ਵਿੱਚ ਤੇਲ ਪਾ ਕੇ ਗੈਸ ਦੇ ਉੱਤੇ ਰੱਖ ਦਿਓ, ਥੱਲੇ ਅੱਗ ਮਾਰ ਦਿਓ, ਹੁਣ ਤੇਲ ਜਿਹੜਾ ਕੜਾਹੀ ਵਿੱਚ ਹੈ ਉਹਦੇ ਥੱਲੇ ਅੱਗ ਮਰਦੀ ਹੈ। ਉਹ ਤੇਲ ਵਿੱਚੋਂ ਬੜੀ ਚਿਕਨਾਹਟ ਸੀ, ਬੜੀ ਸੋਹਣੀ ਮਹਿਕ ਸੀ ਉਹਦੀ, ਤੇ ਸਹਿਜੇ ਸਹਿਜੇ ਉਸ ਅੱਗ ਦੇ ਸੇਕ ਦੁਆਰਾ ਕੜਾਹੀ ਵਿੱਚ ਪਿਆ ਹੋਇਆ ਤੇਲ, ਜਿਹਦਾ ਪਹਿਲਾਂ ਗੁਣ ਧਰਮ ਕੋਈ ਹੋਰ ਸੀ, ਉਹ ਸੇਕ ਲੱਗ ਲੱਗ ਕੇ ਸਹਿਜੇ ਸਹਿਜੇ ਉਹ ਕੜਾਹੀ ਦੇ ਵਿੱਚ ਪਿਆ ਖੋਲਣ ਲੱਗ ਪਿਆ। ਤੁਸੀਂ ਅੱਗ ਬੰਦ ਵੀ ਕਰ ਦਿੱਤੀ, ਉਹ ਠੰਡਾ ਵੀ ਹੋ ਗਿਆ, ਪਰ ਉਹ ਤੇਲ ਦਾ ਸਾਰਾ ਕੁਝ ਹੀ ਬਦਲ ਗਿਆ, ਉਹਦੀ ਚਿਕਨਾਹਟ ਬਦਲ ਗਈ, ਉਹਦੀ ਮਹਿਕ ਬਦਲ ਗਈ, ਉਹਦਾ ਗੁਣ ਧਰਮ ਬਦਲ ਗਿਆ, ਉਹਦਾ ਪੂਰੇ ਦਾ ਪੂਰਾ ਸਾਰਾ ਤੇਲ ਚੇਂਜ ਹੋ ਗਿਆ। ਇਵੇਂ ਤੁਹਾਡੇ ਅੰਦਰ ਆ ਕੇ ਕ੍ਰੋਧ ਜੇ ਚੜਿਆ ਜਾਏ, ਜਦੋਂ ਕ੍ਰੋਧ ਆਉਂਦਾ ਤੇ ਮਨੁੱਖ ਦੀ ਜ਼ਬਾਨ ਲੜਖੜਾਉਣ ਲੱਗ ਜਾਂਦੀ, ਮੂੰਹ ਚੋਂ ਥੁੱਕ ਨਿਕਲਣ ਲੱਗ ਜਾਂਦਾ ਹੈ, ਅੱਖਾਂ ਲਾਲ ਹੋ ਜਾਂਦੀਆਂ ਨੇ, ਅੰਗ ਫਰਕਣ ਲੱਗ ਜਾਂਦੇ ਨੇ, ਤੇ ਜੇ ਕ੍ਰੋਧ ਚੜਿਆ ਵੀ ਜਾਏ ਯਾਦ ਰੱਖਿਓ
ਉਸ ਤੇਲ ਕੜਾਹੀ ਦੇ ਤੇਲ ਵਾਂਗ ਉਹ ਤੁਹਾਡੇ ਸਰੀਰ ਵਿੱਚ ਅਨੇਕਾਂ ਬਿਮਾਰੀਆਂ ਛੱਡ ਕੇ ਚਲੇ ਜਾਂਦਾ ਜਿਹਨਾਂ ਦਾ ਸਾਨੂੰ ਕੋਈ ਗਿਆਨ ਨਹੀਂ। ਬਾਣੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਛੇਵੇਂ ਕਾਮ ਨਾ ਪੁੱਛਿਆ ਜਾਤ ਫਿਰ ਸੱਤ ਨੇ ਸਾਂਝ ਕੀਆ ਘਰ ਵਾਸ। ਸੱਤਵੀਂ ਅਵਸਥਾ ਵਿੱਚ ਇਹਨੂੰ ਗਿਆਨ ਹੋਇਆ ਵੀ ਘਰ ਬਣਾਉਣਾ ਯਾਰ ਬਣਾਇਆ ਹੀ ਗਿਆ ਜੇ ਪਈ। ਸਾਂਝ ਦਾ ਅਰਥ ਹੈ ਸੰਚਣਾ, ਇਕੱਠਾ ਕਰਨਾ, ਤਾਰੇ ਇਕੱਠਾ ਕੀਤਾ, ਪਦਾਰਥ ਇਧਰੋਂ ਉਧਰੋਂ ਇਕੱਠੇ ਕੀਤੇ, ਘਰ ਦਾ ਬਾਹਰ ਨੂੰ ਬੰਨ ਲਿਆ, ਘਰ ਬਣਾ ਲਿਆ, ਉਸ ਘਰ ਵਿੱਚ ਨਿਵਾਸ ਕਰ ਲਿਆ ਤੇ ਰਹਿਣਾ ਹੈ, ਘਰ ਮੇਰਾ ਬਣ ਗਿਆ ਮੇਰਾ। ਤੇ ਬਾਣੀ ਦੇ ਅਸੂਲ ਜਿਹੜੇ ਗੁਰੂ ਨੇ ਕਹੇ ਸਨ ਉਹ ਨਹੀਂ ਸਮਝੇ। ਗੁਰੂ ਨੇ ਬਾਣੀ ਚ ਗੱਲ ਕਹੀ ਸੀ ਕਿ ਪਿਆਰਿਆ ਪ੍ਰਕਿਰਤੀ ਦੇ ਅਸੂਲ ਨੇ ਉਪਜੈ ਨਿਪਜੈ ਨਿਪਜ ਸਮਾਈ। ਉਹ ਸ੍ਰਿਸ਼ਟੀ ਉਹਦੇ ਤੋਂ ਪੈਦਾ ਹੁੰਦੀ ਹੈ, ਫਿਰ ਉਹ ਸ੍ਰਿਸ਼ਟੀ ਨੂੰ ਵਧਾਉਂਦਾ, ਫਿਰ ਉਹ ਖਤਮ ਕਰ ਦਿੰਦਾ ਹੈ। ਨੈਣੋ ਦੇਖਤ ਇਹ ਜਗ ਜਾਈ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਮਾਰ ਨਹੀਂ ਕਿਸ ਤੇਰਾ, ਅੰਕ ਜਤਨ ਕਰ ਪਾਇਆ ਪਾਲੀ, ਮਰਦੀ ਮਾਰ ਅਗਨ ਸੰਗ ਜਾਲੀ, ਚੋਆ ਚੰਦਨ ਮਰਦਨ ਅੰਗਾ, ਸੋਤਨ ਜਰਾ ਕਾਠ ਕਾ ਸੰਗਾ, ਕਹਿਤ ਕਬੀਰ ਸੁਣੋ ਰੇ ਗੁਨੀਆ, ਬਿਨਸੈ ਕੋ ਰੂਪ ਦੇਖੈ ਸਭ ਦੁਨੀਆ। ਕਹਿੰਦੇ ਤੇਰਾ ਰੂਪ ਜਿਹੜਾ ਅੱਜ ਦੇ ਹੁੰਦਾ ਨਾ ਇੱਕ ਦਿਨ ਦਿਸੇਗਾ, ਦੁਨੀਆ ਦੇਖੇਗੀ, ਤੇ ਜਿਹੜਾ ਤੇਰਾ ਸਰੀਰ ਦਿਸਦਾ ਨਾ ਵੀ ਇੱਕ ਦਿਨ ਨਹੀਂ ਰਹੇਗਾ, ਲੋਕ ਕਹਿੰਦੇ ਫਲਾਣਾ ਮਰ ਗਿਆ ਹੈ। ਸੱਤਵੇਂ ਸੰਜ ਕੀਆ ਘਰ ਵਾਸ, ਘਰ ਵਿੱਚ ਰਹਿੰਦੇ ਆ, ਬੱਚੇ ਹੋ ਗਏ, ਔਰਤ ਆ ਗਈ, ਫਿਕਰ ਪੈ ਗਏ, ਨਾਮ ਬਾਣੀ ਤੋਂ ਦੂਰ ਚਲਿਆ ਗਿਆ, ਅਮਰਤ ਤੇ ਅਮਰਤ ਵੇਲੇ ਤੋਂ ਦੂਰ ਚਲਿਆ ਗਿਆ, ਸਤਸੰਗ ਸੇਵਾ ਤੋਂ ਦੂਰ ਚਲਿਆ ਗਿਆ, ਘਰ ਬਣਾ ਲਿਆ। ਹੁਣ ਜਦੋਂ ਨੁਕਸਾਨ ਹੁੰਦਾ ਤਾਂ ਕ੍ਰੋਧ ਜ਼ਿਆਦਾ ਹੁੰਦਾ, ਜਿਹਨੇ ਬਜ਼ੁਰਗ ਨੇ ਤਾਂ ਕ੍ਰੋਧ ਜ਼ਿਆਦਾ ਕਰਦੇ ਨੇ। ਅੱਠਵੇਂ ਕ੍ਰੋਧ ਹੋਆ ਤਨ ਨਾਸ, ਇਹ ਕ੍ਰੋਧ ਸਰੀਰ ਨੂੰ ਨਾਸ ਕਰ ਦਿੰਦਾ। ਫਿਰ ਇੱਕ ਨੌਵੀਂ ਅਵਸਥਾ ਆ ਗਈ, ਬਿਨ ਸਾਬੂਣੇ ਉਜੜਿਆ ਹੋ ਗਿਆ, ਤਨ ਦੇ ਸਰੀਰ ਦੇ ਕੇਸ ਚਿੱਟੇ ਹੋ ਗਏ, ਨਾਵੇਂ ਧੌੜੇ ਉਬੇ ਸਾਹ, ਗਹਿਰੇ ਸਾਹ ਲੈਣ ਲੱਗ ਗਿਆ, ਸਾਹ ਚੜ੍ਹਨ ਲੱਗ ਗਿਆ, ਤੁਰਦਾ ਜਿਵੇਂ ਮੈਂ ਬੈਠਾ ਖੰਘ ਰਿਹਾ ਦਿੰਦਾ, ਜਿਵੇਂ ਖੰਘ ਹੋ ਜਾਂਦੀ ਇਹਦਾ ਸਾਹ ਚੜ ਗਿਆ। ਨਾਵੇਂ ਧੌੜੇ ਉਬੇ ਸਾਹ, ਫਿਰ ਇੱਕ ਦਿਨ ਐਸਾ ਆਇਆ ਦਸਵੇਂ ਦੱਦਾ ਹੋਆ ਸਵਾਹ, ਕਹਿੰਦੇ ਮਰ ਗਿਆ ਤੇ ਚੱਕ ਕੇ ਅੰਤਮ ਸੰਸਕਾਰ ਕਰ ਦਿੱਤਾ, ਸਾੜ ਦਿੱਤਾ, ਸਵਾਹ ਦੀ ਢੇਰੀ ਮਰ ਗਿਆ। ਗਏ ਸ਼ਗੀਤ, ਜਿਹੜੇ ਗੀਤ ਇਹਦੇ ਜਨਮ ਵੇਲੇ ਗਾਏ ਗਏ ਸਨ ਉਹ ਅੱਜ ਨਹੀਂ ਗਾਏ ਗਏ। ਅੱਜ ਹਮਸਾਇਆ ਨੇ ਧਾਹਾਂ ਮਾਰੀਆਂ ਨੇ, ਪਰਿਵਾਰ ਦੇ ਲੋਕ ਰੋਏ ਨੇ, ਧੀਆਂ ਗਲਵੱਕੜੀ ਪਾ ਕੇ ਰੋਈਆਂ ਨੇ, ਮਾਂ ਪੁੱਤ ਤੇਰੀਆਂ ਨੇ, ਇੱਕ ਵਾਰੀ ਤਾਂ ਬੋਲ, ਕਿੰਨਾ ਪਿਆਰ ਕਰਦਾ ਸੀ ਸਾਡੇ ਨਾਲ, ਅੱਜ ਤੇਰੇ ਕੰਨਾਂ ਵਿੱਚ ਅਸੀਂ ਆਵਾਜ਼ਾਂ ਦੇ ਰਹੀਆਂ ਵੀ ਬੋਲ, ਇੱਕ ਵਾਰੀ ਬੋਲ ਸਾਡੇ ਨਾਲ, ਪਰ ਨਹੀਂ ਬੋਲੇਗਾ, ਕਿਉਂਕਿ ਬੋਲਣ ਵਾਲਾ ਵਿੱਚੋਂ ਨਿਕਲ ਕੇ ਚੱਲਿਆ ਮੈਂ, ਚੱਲਿਆ ਉੱਡਿਆ ਹੰਸ ਦਸਾਏ ਰਾਹੋ, ਯਾਦ ਰੱਖੋ ਇੱਥੇ ਆ ਕੇ ਖੜਨਾ ਪੈਗਾ।
ਮਨੁੱਖ ਦੀ ਜ਼ਿੰਦਗੀ ਵਿੱਚ ਇਹ ਆਪਣੇ ਵਿਚਾਰਾਂ ਨਾਲ ਅਨੇਕਾਂ ਰਸਤੇ ਚੁਣਦਾ ਜਿਹੜੇ ਇਹਨੂੰ ਖੁਦ ਚੰਗੇ ਲੱਗਦੇ ਨੇ ਕਿ ਮੈਂ ਇਸ ਰਸਤੇ ਤੇ ਚੱਲਣਾ ਚੁਣਦਾ। ਉਹਦੇ ਚ ਉਹ ਰਸਤਾ ਇਹਦਾ ਚੁਣਿਆ ਮਾੜਾ ਵੀ ਹੋ ਸਕਦਾ, ਇਹਦਾ ਚੁਣਿਆ ਰਸਤਾ ਮੱਧ ਵਾਲਾ ਵੀ ਹੋ ਸਕਦਾ, ਇਹਦਾ ਚੁਣਿਆ ਰਸਤਾ ਸਿਖਰ ਵਾਲਾ ਵੀ ਹੋ ਸਕਦਾ। ਮਾੜਾ ਰਸਤਾ ਹੈ ਸੰਸਾਰ ਵਿੱਚ ਰਹਿ ਕੇ ਮਾੜੇ ਅੰਨਾਂ ਰਹਿ ਕੇ ਧੰਨ ਪਦਾਰਥ ਜੋੜਨ ਵੱਲ ਤੁਰ ਪੈਣਾ, ਇਹ ਕੋਈ ਵਧੀਆ ਰਸਤਾ ਨਹੀਂ। ਜਦੋਂ ਇਹ ਰਸਤਾ ਚੁਣੇਗਾ, ਇਸ ਰਸਤੇ ਤੇ ਤੁਰੇਗਾ, ਧਨ ਕਮਾਉਣ ਲਈ ਬੇਈਮਾਨੀਆਂ ਕਰੇਗਾ, ਬੁਰੇ ਕਰਮ ਕਰੇਗਾ, ਫਿਰ ਜਦੋਂ ਇਹ ਮਰ ਕੇ ਜਾਏਗਾ ਤਾਂ ਇਹਦਾ ਜਿਹੜਾ ਹੰਸ ਹੈ ਉਹ ਇਸ ਰਸਤੇ ਤੇ ਜਾਏਗਾ ਜਿਹੜਾ ਇਹਨੇ ਚੁਣਿਆ। ਚੁਣਿਆ ਹੰਸ ਦਿਸ ਆਏ ਰਾਹ, ਦਿਸ ਆਏ ਰਾਹ ਨਾ ਬਾਣੀ ਚ ਦਿਸ ਆਏ, ਇਹਦਾ ਮਤਲਬ ਮੈਂ ਸਿੱਧ ਸੰਧੀ ਵਿਸ਼ੇਸ਼ ਪਾਠ ਕੀਤਾ ਅਲੱਗ ਅਲੱਗ ਰੱਖੇ। ਉੱਡਿਆ ਹੰਸ ਦਿਸ ਆਏ ਰਾਹ, ਜਿਹੜਾ ਰਸਤਾ ਇਹਨੇ ਚੁਣਿਆ ਸੀ ਉਸ ਰਸਤੇ ਤੇ ਹੰਸ ਪੈ ਕੇ ਮੁੜ ਕੇ ਕਿੱਥੇ ਆਏਗਾ? ਦੁਬਾਰਾ ਇਸੇ ਹੀ ਸੰਸਾਰ ਵਿੱਚ, ਕਿਉਂਕਿ ਸੰਸਾਰ ਦਾ ਰਸਤਾ ਇਹਨੇ ਚੁਣਿਆ ਸੀ। ਤੇ ਜੇ ਇਹ ਰੱਬ ਦਾ ਨਿਰੰਕਾਰ ਦਾ ਰਸਤਾ ਚੁਣ ਲੈਂਦਾ ਤਾਂ ਹੰਸ ਉੱਧਰ ਨੂੰ ਜਾਂਦਾ ਹੈ ਨਾ, ਫਿਰ ਤਾਂ ਜਾਣਾ ਹੀ ਸੀ ਨਾ। ਜੇ ਉਚਾਈਆਂ ਵੱਲ ਖੁਦ ਇਹ ਉੱਡਦਾ ਤਾਂ ਉਹਨੇ ਉੱਡਣਾ ਸੀ ਉੱਧਰ। ਉੱਡਿਆ ਹੰਸ ਦਸਾਏ ਰਾਹ, ਜਦੋਂ ਇਹ ਜਨਮਿਆ ਸੀ ਲੋਕ ਕਹਿੰਦੇ ਸਨ ਫਲਾਣੇ ਦੇ ਘਰ ਵਿੱਚ ਪੁੱਤਰ ਆਇਆ। ਅੱਜ ਉਹ ਗੱਲ ਨਹੀਂ ਕਹੀ ਕਿ ਆਇਆ, ਅੱਜ ਕਹਿੰਦੇ ਚੜਿਆ ਗਿਆ ਫਲਾਣਾ ਵੀ ਸੰਸਾਰ। ਆਇਆ ਗਿਆ, ਕਦੇ ਆਇਆ ਸੀ ਅੱਜ ਗਿਆ ਚੱਲਿਆ ਗਿਆ, ਤੇ ਨਾਮ ਕੀ ਪੈ ਗਿਆ? ਬੋਇਆ ਮਰ ਗਿਆ। ਆਇਆ ਗਿਆ ਬੋਇਆ ਨਾਲ ਪਿੱਛਾ ਪੱਥਰ ਸੰਦੇਹ ਕਰ। ਵਿਦਵਾਨ ਇਸ ਪੰਕਤੀ ਦੇ ਅਲੱਗ ਅਲੱਗ ਅਰਥ ਕਰਦੇ ਨੇ। ਪੁਰਾਣੇ ਸਮੇਂ ਵਿੱਚ ਜਦੋਂ ਮੁਰਦੇ ਨੂੰ ਲੋਕ ਜਲਾਣ ਲਈ ਅੰਤਮ ਸੰਸਕਾਰ ਕਰਨ ਲਈ ਚਿਖਾ ਵੱਲ ਲੈ ਕੇ ਜਾਂਦੇ ਸਨ ਸ਼ਮਸ਼ਾਨ ਭੂਮਿਕਾ ਵਿੱਚ, ਤੇ ਬ੍ਰਾਹਮਣ ਕੀ ਕਰਦਾ ਸੀ? ਕਿਉਂਕਿ ਬ੍ਰਾਹਮਣ ਦਾ ਕੰਮ ਤਾਂ ਮੁੜ ਤੋਂ ਇੱਕੋ ਹੀ ਰਿਹਾ ਕਿ ਲੋਕਾਂ ਨੂੰ ਲੁੱਟਣਾ ਕਿਵੇਂ ਹੈ। ਉਹ ਫਿਰ ਪੱਥਰ ਲੈ ਕੇ ਵਿਛਾ ਦਿੰਦਾ ਸੀ, ਚਾਰ ਮੁਰਦੇ ਦੀ ਉਹ ਜਿਹੜੀ ਸੀੜੀ ਹੁੰਦੀ ਸੀ ਉਹਨੂੰ ਰੱਖ ਲਿਆ ਜਾਂਦਾ ਸੀ ਉਹ ਵੱਡੇ ਨੂੰ ਥੱਲੇ, ਇੱਧਰ ਵੀ ਪੱਥਰ ਵਿਛਾ ਕੇ ਉਹਦੇ ਉੱਤੇ ਪਿੰਡ ਬੰਨ੍ਹ ਕੇ ਸੁੱਕਾ ਅਨਾਜ ਪਿਸਿਆ ਹੋਏ ਜਿਹਦੇ 'ਚ ਜੌ ਹੁੰਦੇ ਸੀ, ਕਣਕ ਦਾ ਆਟਾ ਹੁੰਦਾ ਸੀ, ਉਹਨੂੰ ਮਰ ਮੁੜ ਕੇ ਥੋੜ੍ਹਾ ਜਿਹਾ ਪੀ ਕੇ ਗਰਗਣਾ ਜਿਹਾ ਬਣਾ ਕੇ ਉਹਦੀਆਂ ਪਿੰਡੀਆਂ ਵੱਟ ਕੇ ਇੱਕ ਇੱਧਰ ਰੱਖ ਦਿੱਤੀ, ਇੱਕ ਉੱਧਰ ਰੱਖ ਦਿੱਤੀ, ਇੱਕ ਪੈਰਾਂ ਵਾਲੇ ਪਾਸੇ ਇੱਕ ਇੱਧਰ ਇੱਕ ਉੱਧਰ ਰੱਖ। ਉਹਨੂੰ ਕਹਿੰਦਾ ਸੀ ਪਿੰਡ ਭਰਾਏ ਨੇ ਪਿੰਡ, ਹੈ ਨਾ। ਉਹ ਕੀ ਹੁੰਦਾ ਸੀ ਸਾਨੂੰ ਤਾਂ ਸ਼ਾਇਦ ਅੱਜ ਤੱਕ ਵੀ ਗਿਆਨ ਨਾ ਹੋਵੇ। ਬ੍ਰਾਹਮਣ ਕਹਿੰਦਾ ਸੀ ਇਹ ਇਹਦਾ ਰਸਤੇ ਦਾ ਖਰਚਾ ਹੈ ਇੱਥੋਂ ਤੋਂ ਲੈ ਕੇ ਪ੍ਰਲੋਕ ਤੱਕ ਦਾ। ਉਹਦੇ ਉੱਤੇ ਸਾਡੇ ਸਮਿਆਂ ਵਿੱਚ ਲੋਕ ਪੰਜ ਪੰਜ ਪੈਸੇ ਰੱਖਦੇ ਸਨ, ਤਾਂਬੇ ਦੇ ਪੈਸੇ ਹੁੰਦੇ ਸੀ, ਤੇ ਉਹ ਪੈਸੇ ਚੱਕ ਕੇ ਬ੍ਰਾਹਮਣ ਪੰਜ ਚੌਕਾ ਵੀਹ ਪੈਸੇ ਹੋ ਗਏ, ਵੀਹ ਪੈਸੇ ਦਾ ਮਤਲਬ ਸਵਾ ਰੁਪਈਆ ਹੋ ਗਿਆ। ਬ੍ਰਾਹਮਣ ਚੱਕ ਕੇ ਉਹਨਾਂ ਪੈਸਿਆਂ ਨੂੰ ਆਪਣੇ ਬੋਝੇ ਵਿੱਚ ਪਾ ਦਿੰਦਾ ਜੀ, ਵੀਹ ਪੈਸੇ ਪੰਜਾਂ ਦੇ ਬਣ ਗਏ, ਸਵਾ ਰੁਪਈਆ ਨਹੀਂ ਪੰਜਾਂ ਦੇ ਬਣ ਗਏ, ਕਿਉਂਕਿ ਇੱਕ ਆਂਡਾ ਚਾਰ ਪੈਸਿਆਂ ਦਾ ਹੁੰਦਾ ਸੀ। ਬ੍ਰਾਹਮਣ ਦੇ ਪੰਜਾਂ ਦੇ ਬਣ ਜਾਂਦੇ ਸਨ, ਉਹਨਾਂ ਦਿਨਾਂ 'ਚ ਪੰਜਾਂ ਦੀ ਬੜੀ ਕੀਮਤ ਸੀ, ਕਿਉਂਕਿ ਅਸੀਂ ਲੋਕ ਜਦੋਂ ਮੇਲਾ ਵੇਖਣ ਜਾਂਦੇ ਸਾਂ ਕਿਤੇ ਤੇ ਸਾਨੂੰ ਦੋ ਆਨੇ ਮਿਲਦੇ ਹੁੰਦੇ ਸੀ, ਦੋ ਆਨੇ,
ਤੇ ਦੋਵਾਂ ਨੇ ਅੱਜ ਖੁੱਲਾ ਖਾ ਖੂ ਕੇ ਸ਼ਾਮ ਨੂੰ ਫਿਰ ਅਸੀਂ ਘਰ ਆ ਜਾਂਦੇ ਸੀ। ਬਾਹਮਣ ਨੂੰ ਪਾਂਝਾ ਨੇ ਮਿਲ ਗਿਆ, ਉਹ ਲੈ ਕੇ ਘਰ ਚਲੇ ਗਿਆ। ਜੇ ਦੋ ਮੁਰਦੇ ਪਟਾਏ ਤੇ ਸ਼ਾਮ ਨੂੰ ਦਸਾਂ ਦੇ ਮਰ ਗਿਆ। ਤਿਆਰੀ ਗੁਰੂ ਸਾਹਿਬ ਨੇ ਇਹਨਾਂ ਗੱਲਾਂ ਤੋਂ ਸਿੱਖਾਂ ਨੂੰ ਮਨਾ ਕੀਤਾ ਵੀ ਕੋਈ ਕਿਸੇ ਦੇ ਨਾਲ ਨਹੀਂ ਜਾਂਦਾ, ਜੋ ਕੁਝ ਹੈ ਸਭ ਇੱਥੇ ਛੱਡ ਕੇ ਜੀਵ ਚਲੇ ਜਾਂਦੇ ਨੇ। ਜੇ ਜੀਵ ਦੇ ਕੋਈ ਨਾਲ ਜਾਂਦਾ ਤਾਂ ਉਹਦਾ ਜਪਿਆ ਹੋਇਆ ਨਾਮ, ਕਮਾਏ ਹੋਏ ਪੁੰਨ, ਕੀਤੀ ਹੋਈ ਸੇਵਾ, ਸਿਮਰਨ ਉਹਦੇ ਨਾਲ ਜਾਏਗਾ। ਜਿੱਥੇ ਮਾਂ ਨਹੀਂ ਜਾ ਸਕਦੀ, ਜਿੱਥੇ ਪਿਓ ਨਹੀਂ ਜਾ ਸਕਦਾ, ਜਿੱਥੇ ਮਿੱਤਰ ਭਰਾ ਨਹੀਂ ਜਾ ਸਕਦੇ, ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਮੂਹਾਂ ਨਾਮ ਤੇਰਾ ਸੰਗ ਸਹਾਈ, ਜੈ ਮਾਂ ਭੈਣ ਦੂਤ ਜਬ ਦਲੈ ਤਾਂ ਕੇਵਲ ਨਾਮ ਸੰਗ ਤੇਰੇ ਚਲੈ। ਇਹ ਸਾਰਾ ਕੁਝ ਗਿਆਨ ਸਾਨੂੰ ਕਿੱਥੋਂ ਮਿਲਦਾ? ਗੁਰੂ ਤੋਂ। ਤੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਵੱਡੇ ਭਾਗਾਂ ਨਾਲ। ਗੁਰੂ ਸਾਹਿਬ ਕਹਿੰਦੇ ਜਿਹੜਾ ਜੀਵਨ ਹੈ ਮਨਮੁੱਖ ਹੈ, ਅੰਨਾ ਹੋ ਗਿਆ, ਅਖੀਰਲੀਆਂ ਪੰਕਤੀਆਂ ਲਿਖਦੇ ਨੇ ਕਿ ਨਾਨਕ ਮਨਮੁੱਖ ਅੰਨ ਪਿਆਰ ਉਹਨੇ ਕਹਿੰਦੇ ਅੰਨਾ ਨੇ, ਅੰਨਾ ਹੈ ਜਿਹੜਾ ਮਾਇਆ ਨਾਲ ਪਿਆਰ ਕਰਦਾ। ਇਹ ਅੰਨਾ ਹੈ ਜਿਹੜਾ ਪੁੱਤਰਾਂ ਧੀਆਂ ਨਾਲ ਮਕਾਨਾਂ ਨਾਲ ਪਿਆਰ ਕਰੀ ਦਿੰਦਾ। ਤੇ ਬਾਅਦ ਗੁਰੂ ਡੁੱਬਾ ਸੰਸਾਰ, ਗੁਰੂ ਤੋਂ ਬਿਨਾਂ ਇਹ ਨਿਰੰਕਾਰ ਦੇ ਚਰਨਾਂ ਵਿੱਚ ਨਹੀਂ ਜਾ ਸਕਿਆ, ਸੰਸਾਰ ਸਾਗਰ ਵਿੱਚ ਡੁੱਬ ਗਿਆ। ਇੱਥੇ ਇਸ ਵਕਤੀ ਅੰਦਰ ਵਿਚਾਰਾਂ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਫੁਕਰ ਜਾਣ ਕੇ, ਆਪਣੇ ਦਰ ਦਾ ਪਿਹਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਸੁਣ ਦਿੱਤਾ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।